ਅੱਜ ਰਸਮੋ ਰਿਵਾਜ ਨੂੰ ਪਾਸੇ ਰੱਖਦੇ ਹਾਂ ਔਰ ਸਿੱਧੀ ਗੱਲ ਕਰਦੇ ਹਾਂ। ਦੋ ਅਤਿਅਮ ਘਟਨਾਵਾਂ ਤੇ ਦੋ ਅਤਿਅਮ ਕਹਾਣੀਆਂ ਤੁਹਾਡੇ ਨਾਲ ਸਾਂਝੀਆਂ ਕਰਨੀਆਂ ਨੇ। ਮੇਰੇ ਨਾਲ ਦੋ ਸੀਨੀਅਰ ਜਰਨਲਿਸਟ ਨੇ, ਰਜੀਵ ਭਾਸਕਰ ਜੀ ਔਰ ਇੰਦਰਪ੍ਰੀਤ ਜੀ। ਜਲੰਧਰ ਤੋਂ ਭਾਸਕਰ ਸਾਹਿਬ ਜੁੜਦੇ ਆ ਔਰ ਚੰਡੀਗੜ੍ਹ ਤੋਂ ਇੰਦਰਪ੍ਰੀਤ ਜੀ ਸਾਡੇ ਨਾਲ ਨੇ। ਦੋਨਾਂ ਨੂੰ ਪਹਿਲਾਂ ਜੀ ਆਇਆਂ ਕਹਿ ਲਈਏ। ਬਹੁਤ ਬਹੁਤ ਸ਼ੁਕਰੀਆ ਰੰਧਾਵਾ ਜੀ। ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਜੀ। 2017 ਦੀ ਗੱਲ ਆ, ਧੁਰ ਮਾਲਵੇ ਦੇ ਵਿੱਚ ਗੱਡੀ ਤੇਜ਼ੀ ਨਾਲ ਅੱਗੇ ਵੱਧਦੀ, ਹਵਾ ਨੂੰ ਚੀਰਦੀ, ਔਰ ਮੈਂ ਮੁੱਖ ਮੰਤਰੀ ਸਾਹਿਬ ਨੂੰ ਉਹ ਫਲੈਸ਼ਬੈਕ 'ਚ ਯਾਦ ਕਰਾਉਣਾ ਚਾਹੁੰਦਾ। ਇੱਕ ਜਗ੍ਹਾ ਉਹ ਗੱਡੀ ਰੋਕਣ ਲਈ ਕਹਿੰਦੇ ਆ ਤੇ ਮੈਨੂੰ ਕਹਿੰਦੇ, ਰੰਧਾਵਾ ਤੁਹਾਡੇ ਮਾਝੇ 'ਚ ਜੰਡ ਨਹੀਂ ਹੁੰਦੇ, ਉਹ ਜੰਡ ਹੈ ਮਿਰਜੇ ਵਾਲਾ, ਦੇਖਿਆ ਕਦੀ? ਮੈਂ ਕਿਹਾ ਨਹੀਂ, ਪਹਿਲੀ ਵਾਰੀ ਦੇਖਿਆ ਸੀ। ਔਰ ਮੈਂ ਉਹਨੂੰ ਜੰਡ ਨੂੰ ਨਿਹਾਰਦਿਆਂ ਇਹ ਸੋਚਦਾ ਸੀ ਵੀ ਕਦੇ ਇਹ ਵਿਅਕਤੀ ਜੇਕਰ ਕੋਈ ਵੱਡੀ ਪਾਵਰ ਹਾਸਲ ਕਰ ਜਾਂਦਾ ਹੈ ਤਾਂ ਇਹ ਬਰੀਕੀਆਂ ਅੱਗੇ ਜ਼ਰੂਰ ਵੱਧ ਸਕਦੀਆਂ। ਆਮ ਘਰਾਂ ਤੋਂ ਆਉਣ ਵਾਲੇ ਬੰਦੇ ਨੂੰ ਆਮ ਘਰਾਂ ਦੀਆਂ ਸਮੱਸਿਆਵਾਂ ਦਾ ਵੀ ਪਤਾ ਹੁੰਦਾ ਤੇ ਆਮ ਸਰੋਕਾਰ ਜੀ ਵੀ ਪਤਾ ਹੁੰਦੇ। ਅੱਜ ਮੁੱਖ ਮੰਤਰੀ ਸਾਹਿਬ ਨੇ ਲੁਧਿਆਣੇ ਦੇ ਵਿੱਚ ਪੰਜਾਬ ਦੇ ਲੋਕਾਂ ਨੂੰ ਸਸਤੀ ਰੇਤਾ ਦਾ ਗੱਲ ਸ਼ੁਰੂ ਕਰਨੀ। ਇਹ ਕਹਾਣੀ 2019 ਨਾਲ ਵੀ ਜਾ ਜੁੜਦੀ ਹੈ। ਉਦੋਂ ਸੱਜਰੀ ਇਲੈਕਸ਼ਨ ਹੋਈ ਸੀਗੀ ਪਾਰਲੀਮੈਂਟ ਦੀ ਤੇ ਕੈਪਟਨ ਅਮਰਿੰਦਰ ਸਿੰਘ ਦੀ ਕੈਬਨਿਟ ਦੇ ਵਿੱਚ ਇਹ ਗੱਲ ਵਿਚਾਰੀ ਗਈ ਸੀ। ਅਫਸਰਾਂ ਨੇ ਜ਼ੋਰ ਦੇ ਕੇ ਗੱਲ ਕਹੀ ਸੀਗੀ ਕਿ ਆਪਾਂ ਇਸ ਖਲ ਜਗਣ ਚੋਂ ਲੈਣਾ ਕੀ ਆ। ਮੈਨੂੰ ਯਾਦ ਹੈ ਉਦੋਂ CMO ਦੇ ਵਿੱਚ ਗੁਰਕੀਰਤ ਕਿਰਪਾਲ ਹੁੰਦੇ ਸੀ ਸਪੈਸ਼ਲ ਪ੍ਰਿੰਸੀਪਲ ਸੈਕਟਰੀ, ਉਹਨਾਂ ਨੇ ਉਦੋਂ ਵੀ ਇਹ ਪ੍ਰਪੋਜ਼ਲ ਲਿਆਂਦਾ ਸੀ ਔਰ ਉਦੋਂ ਸੁਰੇਸ਼ ਕੁਮਾਰ ਉਹਨਾਂ ਦੇ ਨਾਲ ਸੀਗੇ ਕਿ ਆਪਾਂ ਇਹਨੂੰ ਲੋਕਾਂ ਲਈ ਛੱਡੀਏ, ਸਰਕਾਰੀ ਕੰਟਰੋਲ ਤੋਂ ਇਹਨੂੰ ਮੁਕਤ ਕਰ ਦਈਏ, ਇਹ 'ਚ ਆਉਂਦਾ ਜਾਂਦਾ ਤੇ ਕੱਖ ਨਹੀਂ, ਬਦਨਾਮੀ ਬਹੁਤ ਪੱਲੇ ਪੈਂਦੀ ਆ। ਸਿਧਾਂਤਕ ਸਹਿਮਤੀ ਬਣ ਬਿਲਕੁਲ ਗਈ ਸੀ, ਉਦੋਂ ਦੇ ਕੈਬਨਿਟ ਦੇ ਲੋਕ ਜਾਣਦੇ ਹੋਣੇ ਇਸ ਗੱਲ ਨੂੰ ਔਰ ਤਸਦੀਕ ਕਰਨਗੇ, ਲੇਕਿਨ ਉਦੋਂ ਦੇ ਮਾਈਨਿੰਗ ਮੰਤਰੀ ਫਸ ਗਏ ਸੀ, ਨਹੀਂ ਗੱਲ ਬਣੀ। ਇਹੀ ਚੀਜ਼ ਇੱਕ ਵਾਰੀ ਕ੍ਰਿਸ਼ਨ ਕੁਮਾਰ ਨੇ ਪੇਸ਼ ਕੀਤੀ, ਇਹ ਕ੍ਰਿਸ਼ਨ ਕੁਮਾਰ ਪ੍ਰਿੰਸੀਪਲ ਸੈਕਟਰੀ ਸੀਗੇ ਜਿਨ੍ਹਾਂ ਨੂੰ ਹਟਾ ਦਿੱਤਾ ਗਿਆ, ਔਰ ਉਹਨਾਂ ਨੇ ਇਹ ਗੱਲ ਰੱਖੀ ਫਿਰ ਇੱਕ ਵਾਰੀ ਸਾਹਮਣੇ ਉੱਚ ਪੱਧਰੀ ਮੀਟਿੰਗ 'ਚ। ਮੈਂ ਇੱਥੇ ਇੱਕ ਗੱਲ ਕਹਿਣੀ ਨਹੀਂ ਭੁੱਲੂਗਾ, ਹੁਣ ਹਰਜੋਤ ਬੈਂਸ ਔਰ ਕ੍ਰਿਸ਼ਨ ਕੁਮਾਰ ਇਸ ਮਹਿਕਮੇ 'ਚ ਨਹੀਂ ਰਹੇ ਤੇ ਜਿੱਦਾਂ ਇੱਕ ਪੰਜਾਬੀ ਦੀ ਕਹਾਵਤ ਹੈ ਨਾ ਕਿ ਭਲਾ ਹੋਇਆ ਮੇਰਾ ਚਰਖਾ ਟੁੱਟਾ ਜਿੰਦ ਅਜਾਬੋਂ ਛੁੱਟੀ, ਉਹ ਦੋਵੇਂ ਹੀ ਆਪਣੇ ਨੇੜਲਿਆਂ ਨਾਲ ਗੱਲ ਕਰਦਿਆਂ ਇਹ ਤੁੱਕ ਜ਼ਰੂਰ ਵਰਤਦੇ ਵੀ ਸਾਡਾ ਤਾਂ ਖਿਹੜਾ ਛੁੱਟ ਗਿਆ। ਮੁੱਖ ਮੰਤਰੀ ਅੱਜ 50 ਦੇ ਕਰੀਬ ਖੱਡਾਂ ਜਿਹੜੀਆਂ ਪ੍ਰਪੋਜ਼ਡ ਨੇ, ਮੈਂ ਇੱਕ ਵਾਰੀ ਫਿਰ ਤੁਹਾਨੂੰ ਯਾਦ ਕਰਾ ਦਿਆਂ ਕਿ ਹੁਣ ਫਿਰ ਗੁਰਕੀਰਤ ਕਿਰਪਾਲ ਇਸ ਮਹਿਕਮੇ 'ਚ ਨੇ, ਉਹਨਾਂ ਨੇ ਪ੍ਰਪੋਜ਼ਲ ਲਿਆਂਦੀ ਹੈ, ਲਗਭਗ 50 ਖੱਡਾਂ ਦੀ ਨਿਸ਼ਾਨਦੇਹੀ ਹੋ ਗਈ ਹੈ ਔਰ ਇੱਕ ਤਰ੍ਹਾਂ ਨਾਲ ਸਰਕਾਰ ਤੋਂ ਕੰਟਰੋਲ ਮੁਕਤ ਹੋਣ ਜਾ ਰਿਹਾ ਸਾਰਾ ਕੁਝ। ਇਹਦੀ ਅੱਗੇ ਜਾ ਕੇ ਡਿਟੇਲ 'ਚ ਗੱਲ ਕਰਦੇ ਹਾਂ। ਦੂਜੀ ਕਹਾਣੀ ਵੀ ਬੜੀ ਅਹਿਮ ਆ। 3 ਤਰੀਕ ਨੂੰ ਸੀ ਕੈਬਨਿਟ ਦੀ ਮੀਟਿੰਗ, ਕੈਬਨਿਟ ਦੀ ਮੀਟਿੰਗ ਦੇ ਵਿੱਚ ਮੁੱਖ ਮੰਤਰੀ ਤਲਖ ਹੋ ਜਾਂਦੇ। ਕਿਉਂ ਤਲਖ ਹੋ ਜਾਂਦੇ ਆ? ਬਹੁਤ ਦਿਲਚਸਪ ਮਾਮਲਾ। ਨਵਲ ਅਗਰਵਾਲ ਇੱਕ ਐਸਾ ਨਾਂ ਜਿਹਦੇ ਉੱਤੇ ਪ੍ਰਤਾਪ ਸਿੰਘ ਬਾਜਵਾ ਬੜੇ ਭੜਕੇ ਸੀ ਪਿੱਛੇ। ਸਰਕਾਰੀ ਮੀਟਿੰਗਾਂ ਦੇ ਵਿੱਚੋਂ ਕੁਝ ਤਸਵੀਰਾਂ ਬਾਹਰ ਨਿਕਲੀਆਂ ਸੀ ਕਿ ਇੱਕ ਗੈਰ ਅਧਿਕਾਰਤ ਬੰਦਾ ਸਰਕਾਰੀ ਮੀਟਿੰਗਾਂ 'ਚ ਕੀ ਕਰਦਾ ਹੈ। ਹੁਣ ਉਹਨੂੰ ਸਰਕਾਰੀ ਬਣਾਉਣ ਲਈ ਇੱਕ ਕਵਾਇਦ ਸ਼ੁਰੂ ਹੁੰਦੀ ਹੈ। ਕੁਝ ਦੇਰ ਪਹਿਲਾਂ ਕੈਬਨਿਟ ਬ੍ਰਾਂਚ ਇਸ ਤਰ੍ਹਾਂ ਦੀ ਪ੍ਰਪੋਜ਼ਲ ਲੈ ਕੇ ਆਉਂਦੀ ਜਿਹਨੂੰ ਚੀਫ ਸੈਕਟਰੀ ਅੱਗੇ ਵਧਾਉਂਦੇ ਵੀ ਕਿ ਜੰਜੂਆ ਕਿ ਨਵਲ ਅਗਰਵਾਲ ਨੂੰ CM ਦਾ OST ਲਾ ਦਿੱਤਾ ਜਾਵੇ। ਪ੍ਰਪੋਜ਼ਲ ਜਦੋਂ ਮੁੱਖ ਮੰਤਰੀ ਦੇ ਸਾਹਮਣੇ ਪੇਸ਼ ਹੁੰਦੀ ਹੈ ਤੇ ਮੁੱਖ ਮੰਤਰੀ ਇਹਨੂੰ ਖਾਰਜ ਕਰ ਦਿੰਦੇ, ਕਹਿੰਦੇ ਮੈਨੂੰ ਲੋੜ ਹੋਰ ਹੈ ਹੀ ਨਹੀਂ OST ਦੀ, ਕਿਉਂਕਿ ਇਹ ਵਿਅਕਤੀ ਕਿਹਾ ਜਾ ਰਿਹਾ ਕਿ ਦਿੱਲੀ ਵੱਲੋਂ ਆ ਰਿਹਾ ਸੀਗਾ ਔਰ ਇਹਦਾ ਸਿੱਧਾ ਸੰਬੰਧ ਸਰਕਾਰ ਦੇ ਕੰਮਾਂ 'ਚ ਦਖਲ ਹੋਣਾ ਸੀ। ਮੁੱਖ ਮੰਤਰੀ ਇਹਨੂੰ ਖਾਰਜ ਕਰ ਦਿੰਦੇ ਆ ਔਰ ਕਹਿੰਦੇ ਇਹਨੂੰ ਤੁਸੀਂ ਗਵਰਨਮੈਂਟ ਰਿਫਾਰਮਸ ਵੱਲ ਲੈ ਜਾਓ। ਗਵਰਨਮੈਂਟ ਰਿਫਾਰਮਸ ਦੇ ਪ੍ਰਿੰਸੀਪਲ ਸੈਕਟਰੀ ਨੇ ਤੇਜਵੀਰ ਸਿੰਘ, ਇਹ ਮਾਮਲਾ ਉਹਨਾਂ ਕੋਲ ਚਲੇ ਜਾਂਦਾ। ਹੁਣ ਗੇਂਦ ਉਹਨਾਂ ਦੇ ਪਾਲੇ 'ਚ ਸੀ, ਉਹ ਇੱਥੇ ਮੰਥਨ ਕਰਦੇ ਆ ਔਰ ਇਹਨੂੰ ਕੈਬਨਿਟ ਵੱਲ ਤੋਰ ਦਿੰਦੇ। 3 ਤਰੀਕ ਵਾਲੀ ਕੈਬਨਿਟ ਦੇ ਏਜੰਡੇ ਦੇ ਵਿੱਚ ਨਵਲ ਅਗਰਵਾਲ ਦੀ ਨਿਯੁਕਤੀ ਵੀ ਸੀਗੀ। ਹੁਣ ਮਾਮਲਾ ਕੀ ਬਣਦਾ ਕਿ ਕੈਬਨਿਟ ਮੀਟਿੰਗ ਵਾਲੇ ਦਿਨ ਤੇਜਵੀਰ ਸਿੰਘ ਹੁੰਦੇ ਆ ਛੁੱਟੀ ਤੇ। ਹੁਣ ਉਹਨਾਂ ਦੀ ਛੁੱਟੀ ਕਿੰਨੀ ਸੀ ਉਸੇ ਦਿਨ ਲਈ ਜਾਂ ਅੱਗੇ ਪਿੱਛੇ, ਇਹ ਸਰਕਾਰੀ ਰਿਕਾਰਡ ਖੰਗਾਲਣ ਦਾ ਵਿਸ਼ਾ ਹੈ, ਪਰ ਉਹ ਛੁੱਟੀ ਤੇ ਸੀਗੇ ਤੇ ਉਹਨਾਂ ਦੀ ਜਗ੍ਹਾ DG ਡਾਇਰੈਕਟਰ ਜਨਰਲ ਰਿਫਾਰਮਸ ਕੈਬਨਿਟ ਮੀਟਿੰਗ ਦੇ ਵਿੱਚ ਨੇ। ਜਦੋਂ ਇਹ ਮਤ ਆਉਂਦੀ ਆ ਤੇ, ਕਿਉਂਕਿ ਮੰਤਰੀ ਨੇ ਗੱਲ ਪੇਸ਼ ਕਰਨੀ ਹੁੰਦੀ ਹੈ, ਲੇਕਿਨ ਅੱਜ ਕੱਲ੍ਹ ਰਵਾਇਤ ਆ ਕਿ ਸੰਬੰਧਿਤ ਅਫਸਰ ਪੇਸ਼ ਕਰਦਾ, ਮੁੱਖ ਮੰਤਰੀ ਤਲਖ ਹੋ ਜਾਂਦੇ ਆ ਔਰ ਇਹ ਤਲਖੀ ਇੰਨੀ ਵੱਧ ਜਾਂਦੀ ਹੈ ਕਿ ਜਦੋਂ ਮੈਂ ਕਿਹਾ ਸੀ ਕਿ ਸਾਨੂੰ ਲੋੜ ਨਹੀਂ, ਫਿਰ ਇਹ ਮੁੱਦਾ ਕਿਉਂ ਲਿਆਂਦਾ ਗਿਆ, ਇਹ ਏਜੰਡੇ 'ਚ ਕਿਉਂ ਪਾਇਆ ਗਿਆ? ਜੇ ਮੈਂ ਗਲਤ ਨਹੀਂ ਤੇ ਗਰੀਸ਼ ਦਿਆਲਨ, ਉਹ ਵੀ IAS ਨੇ, ਚੰਗੇ ਅਧਿਕਾਰੀ ਨੇ, ਉਹ ਉਸ ਵੇਲੇ ਬਤੌਰ DG ਇਸ ਚੀਜ਼ ਨੂੰ ਪੇਸ਼ ਕਰ ਰਹੇ ਹੁੰਦੇ ਆ ਔਰ ਉਹ ਥੋੜਾ ਜਿਹਾ ਆਰਗਿਊ ਕਰਦੇ ਆ ਕਿ ਕਿਉਂਕਿ ਇਹਦੇ ਨਾਲ ਜੁੜੀਆਂ ਸਹੂਲਤਾਂ ਕੈਬਨਿਟ ਦੀ ਪ੍ਰਵਾਨਗੀ ਤੋਂ ਬਿਨਾਂ ਦਿੱਤੀਆਂ ਨਹੀਂ ਜਾ ਸਕਣੀਆਂ। ਮੁੱਖ ਮੰਤਰੀ ਉੱਥੇ ਆਪਣਾ ਤਰਕ ਦਿੰਦੇ ਆ ਕਿ ਜੇਕਰ ਲਾਉਣਾ ਹੀ ਆ ਕਿਸੇ ਨੂੰ ਤੇ ਇੱਕ ਸੋਸਾਇਟੀ ਬਣੀ ਆ, ਉਹਦੇ ਕੋਲ 100 ਕਰੋੜ ਦੇ ਲਗਭਗ ਬਜਟ ਪਿਆ, ਉਹਦੇ ਵਿੱਚੋਂ ਲਾ ਲਓ। ਬੜੀ ਤਲਖੀ ਹੁੰਦੀ ਹੈ।
ਇਸ ਮੱਦ ਨੂੰ ਵਾਪਸ ਲੈ ਲਿਆ ਜਾਂਦਾ। ਆਮ ਤੌਰ ਤੇ ਕੈਬਨਿਟ ਦੇ ਵਿੱਚ ਜਾਂ ਤਾਂ ਪ੍ਰਵਾਨ ਹੁੰਦੀਆਂ ਚੀਜ਼ਾਂ ਜਾਂ ਨਾ ਪ੍ਰਵਾਨ ਹੁੰਦੀਆਂ ਹੁੰਦੀਆਂ, ਲੇਕਿਨ ਇਸ ਮੱਦ ਨੂੰ ਵਾਪਸ ਲੈ ਲਿਆ ਗਿਆ। ਇਹ ਸਾਰੀਆਂ ਗੱਲਾਂ ਤੇ ਗੱਲ ਕਰਦੇ ਹਾਂ। ਦੋ ਮਾਮਲੇ ਹੋਰ ਅਤੇ ਲਵਾਂਗੇ। ਇੱਕ ਮਾਮਲਾ ਸ਼੍ਰੋਮਣੀ ਕਮੇਟੀ ਨਾਲ ਸੰਬੰਧਿਤ ਹੈ, ਦੂਜਾ ਮਾਮਲਾ ਜਿਹੜੇ ਸਾਡੇ ਕਲੀਨਿਕ ਨੇ ਪਿੰਡਾਂ ਦੇ ਵਿੱਚ ਆਮ ਆਦਮੀ ਕਲੀਨਿਕ ਬਣਾਏ ਨੇ ਉਹਦੇ ਨਾਲ ਸੰਬੰਧਿਤ ਹੈ, ਤੇ ਤੀਜਾ ਮਾਮਲਾ ਇਨਵੈਸਟਮੈਂਟ ਨਾਲ। ਸਭ ਤੋਂ ਪਹਿਲਾਂ ਆਪਾਂ ਚੱਲੀਏ ਇਸੇ ਗੱਲ ਦੇ ਉੱਤੇ, ਰੇਤੇ ਤੇ ਬਾਅਦ ਚਾਹੁੰਦੇ ਹਾਂ, ਨਵਲ ਅਗਰਵਾਲ ਤੇ ਚੱਲਦੇ ਹਾਂ। ਮੈਨੂੰ ਇੰਦਰਪ੍ਰੀਤ ਜੀ ਗੱਲ ਤੋਰ ਕੇ ਦੱਸਿਓ, ਰੌਲਾ ਵੱਡਾ ਪੈ ਗਿਆ, ਦਿੱਲੀ ਵਾਲਿਆਂ ਦੀ ਗੱਲ ਨਹੀਂ ਮੰਨੀ ਗਈ, ਇਹ ਸਵਾਲ ਹੈ। ਮੁੱਖ ਮੰਤਰੀ ਦਮ ਦਿਖਾ ਰਹੇ ਹੈ, ਮੁੱਖ ਮੰਤਰੀ ਪੰਜਾਬ ਨੂੰ ਪੰਜਾਬ ਤੋਂ ਚਲਾਉਣਾ ਚਾਹੁੰਦੇ, ਸਵਾਲ ਨੂੰ ਐਡਰੈਸ ਕਰੋ ਜਰਾ। ਬਿਲਕੁਲ, ਇਹ ਪਿਛਲੇ ਕਾਫੀ ਸਮੇਂ ਤੋਂ ਹੀ ਇਹ ਚੱਲ ਰਿਹਾ ਕਿ ਮਤਲਬ ਦਿੱਲੀ ਦੀ ਟੀਮ ਵੀ ਜਿਹੜੀ ਹੈਗੀ ਹੈ ਉਹ ਇੱਥੇ ਆਪਣਾ ਇੱਕ ਰੱਖਣਾ ਚਾਹੁੰਦੀ ਹੈ ਮੁੱਖ ਮੰਤਰੀ ਆਫਿਸ ਦੇ ਵਿੱਚ, ਤੇ ਨੈਚੁਰਲੀ ਹੈ ਕਿ ਸੀਐਮ ਸਾਹਿਬ ਵੀ ਨਹੀਂ ਚਾਹੁੰਦੇ ਕਿ ਕੋਈ ਬਾਹਰਲੀ ਦਖਲ ਅੰਦਾਜ਼ੀ ਹੋਵੇ, ਕਿਉਂਕਿ ਸਵਾਲ ਤਾਂ ਫਿਰ ਉਹਨਾਂ 'ਤੇ ਉੱਠਣੇ ਆ। ਪਰ ਮੈਨੂੰ ਇਸ ਦਾ ਉਹ ਹੈ ਕਿ ਦੇਖੋ, ਉਹ ਨਵਲ ਅਗਰਵਾਲ ਕੋਈ ਅੱਜ ਤੋਂ ਕੰਮ ਤੱਕ ਨਹੀਂ ਕਰ ਰਹੇ ਹੈਗੇ, ਅੱਜ ਤਾਂ ਸਿਰਫ ਉਹਨਾਂ ਦੀ ਨਿਯੁਕਤੀ ਦੀ ਪ੍ਰਵਾਨਗੀ ਲੈਣੀ ਸੀ ਕਿ ਹਾਂ ਉਹਨੂੰ ਪ੍ਰਵਾਨਗੀ। ਕੰਮ ਤਾਂ ਉਹ ਜਦ ਦੀ ਸਰਕਾਰ ਆਈ ਹੈ ਉਦੋਂ ਤੋਂ ਹੀ ਕੰਮ ਕਰ ਰਹੇ ਹੈ। ਉਹਨਾਂ ਨੂੰ ਉੱਪਰ 8 ਫਲੋਰ ਦੇ ਉੱਪਰ ਕਮਰਾ ਵੀ ਦਿੱਤਾ ਹੋਇਆ, ਸਟਾਫ ਵੀ ਦਿੱਤਾ ਹੋਇਆ, ਸਭ ਕੁਝ ਦਿੱਤਾ ਹੋਇਆ, ਕੋਠੀ ਵੀ ਦਿੱਤੀ ਹੋਈ ਹੈ, ਈਵਨ ਉਹ ਕੋਠੀਆਂ ਦਿੱਤੀਆਂ ਜਿਹੜੀਆਂ ਪ੍ਰਿੰਸੀਪਲ ਸੈਕਟਰੀ ਰੈਂਕ ਦੇ ਆਫਿਸਰਸ ਨੂੰ ਮਿਲਦੀਆਂ ਹੈਗੀਆਂ ਨੇ। 39 ਸੈਕਟਰ 'ਚ ਉਹਨਾਂ ਕੋਲ ਕੋਠੀ ਵੀ ਹੈਗੀ ਹੈ, ਕਾਰਾਂ ਵੀ ਹੈਗੀਆਂ, ਸਭ ਕੁਝ ਹੈ, ਪਰ ਹਜੇ ਤੱਕ ਉਹਨਾਂ ਦੀ ਜਿਹੜੀ ਨਿਯੁਕਤੀ ਹੈ ਉਹ ਨਹੀਂ ਸੀ ਹੋਈ ਹੋਈ, ਮਤਲਬ ਜਿਹਨੂੰ ਕਹਿੰਦੇ ਆ ਕਿ ਵੀ ਇੱਕ ਫਾਰਮਲ ਨਿਯੁਕਤੀ ਕਰਨੀ ਹੁੰਦੀ ਹੈ, ਔਰ ਉਹ ਪੋਲੀਟੀਕਲ ਵੀ ਹੋ ਸਕਦੀ ਹੈ, ਮਤਲਬ ਇਹ ਨਹੀਂ ਹੈ ਕਿ ਹੋ ਨਹੀਂ ਸਕਦੀ। ਅਗਰ ਉਹਨੂੰ ਪੋਲੀਟੀਕਲ ਤੌਰ ਤੇ ਕਰਨਾ ਚਾਹੁਣ ਤਾਂ ਪੋਲੀਟੀਕਲ ਤੌਰ ਤੇ ਵੀ ਹੋ ਸਕਦੀ ਹੈ, ਬਹੁਤ OSD ਲੱਗਦੇ ਹੈ ਕਿਸੇ ਵੀ ਮਹਿਕਮੇ 'ਚ। ਇੱਥੇ ਜਿਹੜਾ ਮੈਨੂੰ ਇੱਕ ਕੱਲ੍ਹ ਵਾਲੀ ਉਸ 'ਚ ਲੱਗਿਆ ਕਿ ਤੁਸੀਂ ਗਵਰਨਰ ਰਿਫੋਰਮਸ ਲਗਾ ਲਓ ਉਹਨਾਂ ਨੂੰ, ਤੇ ਵੀ ਮੈਨੂੰ ਨਾ ਕੁਛ ਕਰਨਾ ਪਵੇ, ਮੈਨੂੰ ਲੱਗਾ ਇਹ ਵੀ ਠੀਕ ਨਹੀਂ ਹੈ, ਕਿਉਂਕਿ ਜੇ ਕੋਈ ਵੀ ਚੀਜ਼ ਮਤਲਬ ਜਿਹੜੀ ਨਿਯਮਾਂ ਤੋਂ ਬਾਹਰ ਜਾ ਕੇ ਕਰਨੀ ਹੈ ਤਾਂ ਉਹਦੇ ਲਈ ਕੰਪੀਟੈਂਟ ਅਥਾਰਿਟੀ ਕੈਬਨਿਟ ਹੀ ਹੈ, ਕੈਬਨਿਟ ਦੀ ਅਪਰੂਵਲ ਤੋਂ ਬਾਅਦ ਉਹ ਨਹੀਂ ਲੱਗ ਸਕਦੀ। ਸਪੋਜ਼ ਉਹਨਾਂ ਨੂੰ ਤਨਖਾਹ ਦੇਣ ਦੀ ਗੱਲ ਹੋਵੇ, ਸਰਕਾਰ ਤਨਖਾਹ ਦੇਣਾ ਚਾਹੁੰਦੀ ਹੋਵੇ 1,00,000 ਰੁਪਇਆ, ਉਹ ਕਹਿੰਦੇ ਹੁਣ ਵੀ ਨਹੀਂ ਮੈਂ ਤਾਂ 2,00,000 ਰੁਪਇਆ ਲੈਣਾ, ਕੋਈ ਵੀ ਮੈਂ ਫੋਰ ਐਗਜ਼ਾਮਪਲ ਕਹਿ ਰਿਹਾ ਗੱਲ, ਤਾਂ ਉਹਦੀ ਕੰਪੀਟੈਂਟ ਅਥਾਰਿਟੀ ਕੈਬਨਿਟ ਹੈ। ਜਿਹੜੀ ਲਾਸਟ ਵਾਰ ਵੀ ਤੁਹਾਨੂੰ ਦੱਸ, ਇਹ ਦੂਸਰਾ ਮਾਮਲਾ, ਇਹ ਪਹਿਲਾ ਮਾਮਲਾ ਨਹੀਂ, ਇਹ ਦੂਸਰਾ ਮਾਮਲਾ। ਪਹਿਲਾਂ ਇਸ ਤੋਂ ਤੁਹਾਨੂੰ ਯਾਦ ਹੋਊਗਾ ਅਜੋਏ ਸ਼ਰਮਾ ਨੇ ਵੀ ਇਸ ਤਰ੍ਹਾਂ ਦਾ ਹੀ ਇੱਕ ਉਹ ਕੀਤਾ ਸੀ, ਜਦੋਂ ਉਹਨਾਂ ਨੂੰ ਕਿਹਾ ਗਿਆ ਵੀ ਜਿਹੜੀ ਵਿਗਿਆਪਨ ਨੇ ਉਹ ਅਸੀਂ ਬਾਹਰ ਵੀ ਦੇਣੇ ਆ, ਦੂਜੀਆਂ ਸਟੇਟਾਂ 'ਚ ਵੀ ਦੇਣੇ ਆ, ਇਸ ਲਈ ਉਹ ਪ੍ਰਵਾਨਗੀ ਦਿਓ, ਤਾਂ ਉਹਨਾਂ ਨੇ ਕਿਹਾ ਕਿ ਇਹ ਮੇਰੇ ਕੋਲ ਅਥਾਰਿਟੀ ਨਹੀਂ ਹੈ, ਇਹ ਮੇਰੇ ਕੋਲ ਤਾਂ 10 ਕਰੋੜ ਦੇ ਪ੍ਰੋਜੈਕਟ ਦੀ ਥੋੜ੍ਹੀ ਜਿਹੀ ਅਥਾਰਿਟੀ ਆ, ਉਹ ਮੈਂ ਕਰ ਦੂੰਗਾ, ਲੇਕਿਨ ਜੇ ਤੁਸੀਂ ਇਸ ਤੋਂ ਜ਼ਿਆਦਾ ਦੇਣਾ ਚਾਹੁੰਦੇ ਹੋ ਤੁਸੀਂ 100 ਕਰੋੜ ਖਰਚ ਕਰੋ, ਚਾਹੇ ਜਿੰਨਾ ਮਰਜ਼ੀ ਖਰਚ ਕਰੋ, ਲੇਕਿਨ ਉਹਦੀ ਕੰਪੀਟੈਂਟ ਅਥਾਰਿਟੀ ਕੈਬਨਿਟ ਹੈ। ਤਾਂ ਮੈਨੂੰ ਇਹ ਲੱਗ ਰਿਹਾ ਵੀ ਜਿਵੇਂ ਕੈਬਨਿਟ ਖੁਦ ਬਚਣਾ ਚਾਹੁੰਦੀ ਹੈ ਇਸ ਚੀਜ਼ ਤੋਂ ਕਿ ਸਵਾਲ ਤਾਂ ਫਿਰ ਉਹਨਾਂ ਦੇ ਉੱਠਣਗੇ, ਇਸ ਕਰਕੇ ਇਹ ਜਿਹੜੀ ਚੀਜ਼ ਹੈਗੀ ਹੈ ਉਹ ਗਵਰਨਰ ਰਿਸਪੋਂਸ ਦੇ ਵਿੱਚ ਇੱਕ ਸੋਸਾਇਟੀ ਬਣੀ ਹੋਈ ਹੈ ਜਿੱਥੇ ਆਪਾਂ ਦੇਖਿਆ ਸਾਰੇ ਆਹ ਬਣਦੇ ਆ, ਸਾਰੇ ਇਹਨਾਂ ਨੇ ਸੇਵਾ ਕੇਂਦਰ ਬਣਾਏ ਹੋਏ ਆ, ਉਸ 'ਤੇ ਕੁਛ ਲੱਗੀਆਂ ਹੋਈਆਂ ਨੇ ਸਰਵਿਸਿਸ ਦੇ ਚਾਰਜਿਸ ਵੀ, ਉਹ ਇਕੱਠੇ ਹੋ ਕੇ, ਔਰ ਕੁਛ ਕਾਰਪਸ ਫੰਡ ਗਵਰਨਮੈਂਟ ਨੇ ਜਦੋਂ ਕ੍ਰੀਏਟ ਕੀਤੀ ਸੀ ਉਦੋਂ ਵੀ ਦਿੱਤਾ ਸੀ, ਤਾਂ ਹੁਣ 100 ਕਰੋੜ ਰੁਪਇਆ ਉਹਦੇ 'ਚ ਹੈਗਾ, ਤਾਂ ਉਹਨਾਂ ਨੇ ਕਿਹਾ ਵੀ ਉੱਥੋਂ ਰੱਖ ਲਓ ਤੁਸੀਂ ਉਹਨਾਂ ਨੂੰ, ਤੇ ਇਹਦੀ ਨਿਯੁਕਤੀ ਵੀ ਹੋ ਜਾਏਗੀ, ਔਰ ਜਿੰਨਾ ਤਨਖਾਹ ਦੇਣੀ ਚਾਹੋ ਦੇ ਲਓ। ਪਰ ਮੈਨੂੰ ਲੱਗਦਾ ਕਿ ਇਹ ਠੀਕ ਨਹੀਂ ਹੈ, ਅਗਰ ਗਵਰਨਮੈਂਟ ਨੇ ਕੋਈ ਬੰਦਾ ਇਹ ਲਗਾਉਣਾ ਹੀ ਹੈ, ਜਾਂ ਤਾਂ ਉਹਨਾਂ ਨੂੰ ਦੇਖੋ ਪ੍ਰੋਪਰ ਵਿਗਿਆਪਨ ਦੇਣਾ ਚਾਹੀਦਾ, ਐਡਵਰਟਾਈਜ਼ਮੈਂਟ ਦੇਣੀ ਚਾਹੀਦੀ ਹੈ, ਔਰ ਦੇ ਕੇ ਖੁੱਲ੍ਹਾ ਸੱਦਾ ਦੇਣਾ ਚਾਹੀਦਾ ਵੀ ਬੰਦਾ ਅਸੀਂ ਬਹੁਤ ਕੰਪੀਟੈਂਟ ਲੈ ਕੇ ਆ ਰਹੇ ਹਾਂ। ਨਵਲ ਵੀ ਕੋਈ ਇਨਕੰਪੀਟੈਂਟ ਨਹੀਂ ਹੈ, IIT ਗ੍ਰੈਜੂਏਟ ਬੰਦਾ ਹੈ, ਲੇਕਿਨ ਹੋ ਸਕਦਾ ਕਿ ਉਸ ਤੋਂ ਵੀ ਜ਼ਿਆਦਾ ਅੱਛੇ ਬੰਦੇ ਹੋਣ, ਪਰ ਇੱਥੇ ਸਵਾਲ ਕਿਉਂਕਿ ਪੋਲੀਟੀਕਲ ਪਾਰਟੀ ਨੇ ਆਪਣਾ ਬੰਦਾ ਇੱਕ ਰੱਖਣਾ, ਇਸ ਕਰਕੇ ਮਤਲਬ ਕਿ ਉਹ ਇਹੋ ਜਿਹੀਆਂ ਚੀਜ਼ਾਂ 'ਚ ਮੈਨੂੰ ਲੱਗਦਾ ਕਿ ਨਹੀਂ ਪੈਣਾ ਚਾਹਣਗੇ ਕਿ ਅਸੀਂ ਉੱਥੇ ਦਈਏ ਖੁੱਲ੍ਹਾ ਵਿਗਿਆਪਨ ਦਈਏ, ਅਤੇ ਵਿਗਿਆਪਨ ਤੋਂ ਫਿਰ ਬਹੁਤ ਸਾਰੇ ਬੰਦੇ ਅਪਲਾਈ ਕਰਨ, ਫਿਰ ਉਸ ਤੋਂ ਬਾਅਦ ਜਾ ਕੇ ਇਹਦੀ ਨਿਯੁਕਤੀ ਹੋਏ, ਤਾਂ ਉਦੋਂ ਤਾਂ ਫਿਰ ਦੇਖੋ ਕੋਈ ਵੀ ਨਿਯੁਕਤੀ ਹੋ ਜਾਵੇ, ਜਦੋਂ ਤੁਸੀਂ ਬਹੁਤ ਖੁੱਲ੍ਹਾ ਵਿਗਿਆਪਨ ਦਿਓਗੇ ਤਾਂ ਫਿਰ ਬਹੁਤ ਸਾਰੇ ਬੰਦੇ ਆਉਣਗੇ, ਹੋ ਸਕਦਾ ਇਹਨਾਂ ਤੋਂ ਵੀ ਕੰਪੀਟੈਂਟ ਆਉਣ। ਪਰ ਸਵਾਲ ਇੱਥੇ ਜਿਹੜੀ ਰੰਧਾਵਾ ਉਹ ਇਹੀ ਹੈ ਕਿ ਪੋਲੀਟੀਕਲ ਪਾਰਟੀ ਨੇ ਆਪਣਾ ਇੱਕ ਬੰਦਾ ਇੱਥੇ ਸੈੱਟ ਕਰਨਾ ਸਰਕਾਰ ਦੇ ਅਹਿਮ ਥਾਂ ਦੇ ਉੱਤੇ। ਇਹਦੇ ਚ ਇੰਦਰਪ੍ਰੀਤ ਜੀ ਇੱਕ ਸਵਾਲ ਇਹ ਵੀ ਹੈ ਕਿ ਮੁੱਖ ਮੰਤਰੀ ਜੀ ਜਾਂ ਉਹਦੇ ਸਮਾਨਾਂਤਰਿਕ ਹੋਰ ਤਾਕਤ, ਮੁੱਖ ਮੰਤਰੀ ਭਗਵੰਤ ਮਾਨ ਜਾਂ ਰਾਘਵ ਚੱਡਾ, ਜਿਵੇਂ ਰੌਲਾ ਪੈਂਦਾ ਸੀ ਕਿ ਤਾਕਤਵਰ ਕੌਣ, ਪਾਵਰ ਸੈਂਟਰ ਕੌਣ। ਸਵਾਲ ਇਸ ਗੱਲ ਦਾ ਨਹੀਂ ਕਿ ਕੋਈ ਵਿਅਕਤੀ ਤਾਂ ਬਹੁਤ ਲਾਏ
ਲੋਕ ਸੰਪਰਕ ਦੇ ਨਾਲ ਇੱਕ ਸੁਸਾਇਟੀ ਆ ਉਹਦੇ ਥਾਣੀ ਕਿੰਨੇ ਬੰਦੇ ਲਾਏ ਹੋਏ ਆ ਜਾਂ ਕਿੰਨੇ ਬੰਦੇ ਲਾਏ ਜਾਂਦੇ ਪਹਿਲਾਂ ਵੀ ਲੱਗਦੇ ਰਹੇ ਨਵੀਂ ਗੱਲ ਹੈ ਨਹੀਂ ਪਰ ਹੁਣ ਇਸ ਸਟੇਟ ਦੀ ਬਜਾਏ ਬਾਹਰੋਂ ਨਵੀਂ ਗੱਲ ਨਹੀਂ ਬੰਦੇ ਸਰਕਾਰ ਲਾਉਂਦੀ ਹਾਂ ਬਹੁਤ ਬੰਦੇ ਜਿਹੜੇ ਬਾਹਰੋਂ ਲਾਏ ਜਾਂਦੇ ਹੁਣ ਸਵਾਲ ਇਸ ਗੱਲ ਦਾ ਸੀਗਾ ਕਿ ਭਾਸਕਰ ਸਾਹਿਬ ਜਦੋਂ ਨਵਲ ਅਗਰਵਾਲ ਨੂੰ ਲਾਇਆ ਜਾ ਰਿਹਾ ਤਾਂ ਕੀ ਇੱਕ ਹੋਰ ਪਾਵਰ ਸੈਂਟਰ ਬਣਾਉਣ ਦੀ ਗੱਲ ਕਿ ਮੁੱਖ ਮੰਤਰੀ ਦੇ ਸਮਾਨਾਂਤਰ ਕਿਸੇ ਹੋਰ ਜਗ੍ਹਾ ਜਵਾਬਦੇਹੀ ਹੋਊਗੀ ਕੋਈ ਕਿਧਰੋਂ ਕਿਧਰੇ ਫੋਨ ਕਾਲ ਕਰਕੇ ਆਪਣੀ ਦਖਲ ਇਹ ਵੀ ਸਵਾਲ ਹੁੰਦਾ ਹੈ ਕਿ ਤੁਹਾਡਾ ਭਰੋਸੇਯੋਗ ਕੌਣ ਕੀ ਦਿੱਲੀ ਦੀ ਟੀਮ ਕੇਜਰੀਵਾਲ ਸਾਹਿਬ ਦਾ ਰਾਘਵ ਚੱਡਾ ਸਾਹਿਬ ਦਾ ਇਸ ਵਿਅਕਤੀ ਨਾਲ ਨੇੜੇ ਦਾ ਜਦੋਂ ਸਿੱਧਾ ਰਾਬਤਾ ਹੋਊਗਾ ਅਫਸਰਸ਼ਾਹੀ ਨੂੰ ਪਤਾ ਹੋਊਗਾ ਕਿ ਇਹ ਪਾਵਰਫੁਲ ਬੰਦਾ ਹੈ ਸਾਡੀ ਪੋਸਟਿੰਗ ਦੇ ਵਿੱਚ ਸਾਡੀ ਨਿਯੁਕਤੀ ਦੇ ਵਿੱਚ ਦਖਲਅੰਦਾਜ਼ੀ ਹੋ ਸਕਦੀ ਆ ਤੇ ਫਿਰ ਮੁੱਖ ਮੰਤਰੀ ਦੀ ਵੈਲਿਊ ਘਟਦੀ ਆ ਰੌਲੇ ਪੈਂਦੇ ਆ ਵਿਰੋਧੀ ਧਿਰਾਂ ਰੌਲਾ ਪਾਉਂਦੀਆਂ ਸੁਰਖੀਆਂ ਲੱਗਦੀਆਂ ਨੇ ਕਿੰਨੀਆਂ ਕੁ ਅਖਬਾਰਾਂ ਕਿੰਨੇ ਕੁ ਟੀਵੀ ਚੈਨਲ ਮੈਨੇਜ ਹੋ ਸਕਦੇ ਆ ਇਹ ਸਭ ਨੂੰ ਪਤਾ ਹੈ ਸੋ ਇਸ ਮਾਮਲੇ 'ਚ ਮੈਨੂੰ ਲੱਗਦਾ ਮੁੱਖ ਮੰਤਰੀ ਇਹ ਮੈਸੇਜ ਨਹੀਂ ਦੇਣਾ ਚਾਹੁੰਦੇ ਸੀ ਉਹ ਚਾਹੁੰਦੇ ਸੀ ਕਿ ਮੈਂ ਲੱਗਾਂ ਕਿ ਮੈਂ ਤਾਕਤਵਰ ਮੁੱਖ ਮੰਤਰੀ ਹਾਂ ਮੈਂ ਹੀ ਮੁੱਖ ਮੰਤਰੀ ਹਾਂ ਰਾਦਰ ਮੈਨੂੰ ਓਪਰੇਟ ਨਹੀਂ ਕੀਤਾ ਜਾ ਰਿਹਾ ਮੈਨੂੰ ਕਿਧਰੇ ਚਲਾਇਆ ਨਹੀਂ ਜਾ ਰਿਹਾ ਇਹ ਸਵਾਲ ਬੜੇ ਵੱਡੇ ਸੀ ਭਾਸਕਰ ਸਾਹਿਬ ਇਸ ਵੇਲੇ ਵੱਡਾ ਸਵਾਲ ਇਹੀ ਹੈ ਕਿ ਕੈਬਨਿਟ ਦੀ ਮੀਟਿੰਗ ਦੇ ਵਿੱਚ ਇਸ ਏਜੰਡੇ ਨੂੰ ਲੈ ਕੇ ਆਉਣ ਦਾ ਮਤਲਬ ਹੈ ਕਿ ਕੱਲ ਨੂੰ ਜੇਕਰ ਕਿਸੇ ਨੂੰ ਗੱਡੀ ਦੇਣੀ ਹੈ ਤੇ ਉਹ ਟਰਾਂਸਪੋਰਟ ਵਿਭਾਗ ਨੇ ਦੇਣੀ ਹੈ ਜੇਕਰ ਕਿਸੇ ਨੂੰ ਕੋਠੀ ਦੇਣੀ ਹੈ ਤਾਂ ਉਹ ਕਿਸੇ ਹੋਰ ਵਿਭਾਗ ਨੇ ਦੇਣੀ ਹੈ ਜੇਕਰ ਕੋਈ ਹੋਰ ਦੌਰੇ ਕਰਨੇ ਆ ਸਰਕਾਰੀ ਵਰਤੋਂ ਕਰਨੀ ਆ ਸੰਸਾਧਨਾਂ ਦੀ ਤਾਂ ਫਿਰ ਤੁਹਾਨੂੰ ਵੱਖ ਵੱਖ ਮਹਿਕਮੇ ਨਾਲ ਡੀਲ ਕਰਨਾ ਪੈਣਾ ਸੋ ਕੈਬਨਿਟ ਚੋਂ ਪ੍ਰਵਾਨ ਹੋ ਕੇ ਆਈ ਨਿਯੁਕਤੀ ਲਈ ਉਹ ਸਾਰੇ ਰਾਹ ਰਸਤੇ ਖੁੱਲ ਜਾਂਦੇ ਆ ਕਿਸੇ ਸੋਸਾਇਟੀ 'ਚ ਹੋਈ ਨਿਯੁਕਤੀ ਲਈ ਬੰਦਾ ਸੀਮਿਤ ਹੋ ਜਾਂਦਾ ਕੋਠੀ ਵੀ ਨਹੀਂ ਦਿੱਤੀ ਜਾ ਸਕਦੀ ਕਾਰ ਨਹੀਂ ਦਿੱਤੀ ਜਾ ਸਕਦੀ ਤਨਖਾਹ ਵੀ 1 ਲੱਖ ਤੋਂ ਥੱਲੇ ਹੋ ਸਕਦੀ ਆ ਜੇ ਕਿਸੇ ਨੂੰ 1.5 ਲੱਖ ਦੇਣੀ ਆ ਤੇ ਇਹ ਸੰਭਵ ਨਹੀਂ ਆ ਮੇਰੇ ਖਿਆਲ ਇਹੀ ਰੌਲਾ ਸੀਗਾ ਜੀ ਸਭ ਤੋਂ ਪਹਿਲੇ ਤੇ ਨਵਲ ਅਗਰਵਾਲ ਉਹਨਾਂ ਦਾ ਨਾਂ ਆਇਆ ਤਦ ਜਦ ਆਪੋਜੀਸ਼ਨ ਪਾਰਟੀ ਨੇ ਇਹ ਗੱਲ ਉਛਾਲੀ ਕਿ ਨਵਲ ਅਗਰਵਾਲ ਇੱਕ ਪ੍ਰਾਈਵੇਟ ਬੰਦਾ ਚੀਫ ਸੈਕਟਰੀ ਦੀ ਮੀਟਿੰਗ ਵਿੱਚ ਮੁੱਖ ਮੰਤਰੀ ਦੀ ਮੀਟਿੰਗ ਵਿੱਚ ਕਿੱਦਾਂ ਬਹਿ ਰਿਹਾ ਉਸ ਤੋਂ ਬਾਅਦ ਗੱਲ ਤੁਰੀ ਕਿ ਇਹਨੂੰ ਐਡਜਸਟ ਕਿੱਦਾਂ ਕਰੀਏ ਉੱਤੋਂ ਆਰਡਰ ਆਇਆ OSD ਟੂ CM ਪਰ CM ਸਾਹਿਬ ਨੂੰ ਮਨਜ਼ੂਰ ਨਹੀਂ ਸੀ ਉਹਨਾਂ ਨੇ ਕਿਹਾ ਵੀ ਨਹੀਂ ਤੁਸੀਂ ਕੋਈ ਹੋਰ ਡਿਪਾਰਟਮੈਂਟ 'ਚ ਲਾ ਲਓ ਅਤੇ ਗੱਲ ਤੁਰੀ ਗਵਰਨੈਂਸ ਜਿਹੜੇ ਰਿਫੋਰਮਸ ਦੇ ਡਿਪਾਰਟਮੈਂਟ ਦੇ ਵਿੱਚ ਉੱਥੇ ਜਦ ਜੰਜੂਆ ਸਾਹਿਬ ਦੇ ਕੋਲ ਇਹ ਗੱਲ ਗਈ ਤੇ ਲੱਗਿਆ ਕਿ ਵੀ ਇਹਦੇ ਵਾਸਤੇ ਤੇ ਸਾਨੂੰ ਐਡਵਰਟੀਜ਼ਮੈਂਟਸ ਕੱਢਣੀ ਪੈਣੀ ਹੈ ਹੋਰ ਵੀ ਐਪਲੀਕੇਸ਼ਨਸ ਆਣਗੀਆਂ ਨਾ ਇਸ ਪੋਸਟ ਦੇ ਉੱਤੇ ਬੰਗਲਾ ਗੱਡੀ ਕੁਝ ਵੀ ਨਹੀਂ ਦੇ ਸਕਦੇ ਜਿਹੜੀ ਆਲਰੇਡੀ ਦਿੱਤੀ ਹੋਈ ਹੈ ਉਹਨੂੰ ਜਸਟੀਫਾਈ ਕਰਨ ਦੀ ਗੱਲ ਹੈ ਹੁਣ ਉਸ ਕੈਬਨਿਟ ਮੀਟਿੰਗ ਦੇ ਵਿੱਚ ਏਜੰਡਾ ਰੱਖਿਆ ਗਿਆ ਪਰ ਬਾਅਦ 'ਚ ਵਿਡਰਾਅ ਕਰ ਲਿਆ ਗਿਆ ਇਹਦੇ ਪਿੱਛੇ ਗੱਲ ਹੈ ਵੀ ਕਿ ਇੱਕ ਨਵਲ ਅਗਰਵਾਲ ਨਹੀਂ ਬਹੁਤ ਸਾਰੇ ਨਵਲ ਅਗਰਵਾਲ ਹੈਗੇ ਨੇ ਜਿਹੜੇ ਵੱਖ ਵੱਖ ਵਿਭਾਗਾਂ ਦੇ ਵਿੱਚ ਕੰਮ ਕਰ ਰਹੇ ਨੇ ਉਹਨਾਂ ਨੂੰ ਫੈਸਿਲਿਟੀ ਆਲਰੇਡੀ ਦਿੱਤੀ ਹੋਈ ਹੈ ਪਰ ਹੁਣ ਗੱਲ ਐਡਜਸਟਮੈਂਟ ਦੀ ਹੈ ਕਿਉਂਕਿ ਰਾਘਵ ਚੱਡਾ ਉਹਨਾਂ ਦੇ ਬਾਰੇ 'ਚ ਵੀ ਜਦ ਨੋਟੀਫਿਕੇਸ਼ਨ ਕੱਢਿਆ ਸੀਗਾ ਕਿ ਉਹਨਾਂ ਨੂੰ ਸਲਾਹਕਾਰ ਕਮੇਟੀ ਦਾ ਚੇਅਰਮੈਨ ਲਾਣਾ ਹੈ ਪਰ ਅੱਜ ਤੱਕ ਉਸ ਨੋਟੀਫਿਕੇਸ਼ਨ ਦੇ ਉੱਤੇ ਨਾ ਤੇ ਜਿਨ੍ਹਾਂ ਨੇ ਪਟੀਸ਼ਨ ਪਾਈ ਸੀ ਹਾਈਕੋਰਟ ਦੇ ਵਿੱਚ ਜਗਮੋਹਨ ਪੱਟੀ ਉਹਨਾਂ ਨੂੰ ਕੁਛ ਦੱਸਿਆ ਗਿਆ ਔਰ ਨਾ ਹੀ ਇਸ ਨੋਟੀਫਿਕੇਸ਼ਨ ਨੂੰ ਅੱਗੇ ਵਧਾਇਆ ਜਾ ਸਕਿਆ ਏਦਾਂ ਦੇ ਹੀ ਹਾਲਾਤ ਨਵਲ ਅਗਰਵਾਲ ਉਹਨਾਂ ਦੇ ਨਾਂ ਤੇ ਵੀ ਲੱਗ ਰਹੇ ਨੇ ਉਹਨਾਂ ਦੀ ਕੈਪੇਬਿਲਿਟੀ ਦੇ ਕੋਈ ਸ਼ੱਕ ਨਹੀਂ ਪਰ ਬਹੁਤ ਸਾਰੇ ਵਿਭਾਗਾਂ ਦੇ ਵਿੱਚ ਨਵੀਂ ਨਵੀਂ ਸਰਕਾਰ ਬਣੀ ਸੀ ਤੇ ਕਈ ਪੱਤਰਕਾਰਾਂ ਨੇ ਇਹ ਗੱਲ ਮਹਿਸੂਸ ਕੀਤੀ ਸੀ ਕਿ ਮੰਤਰੀ ਕੁਝ ਵੀ ਬੋਲਣ ਤੋਂ ਪਹਿਲੇ ਕਿਸੇ ਇੱਕ ਪ੍ਰਾਈਵੇਟ ਬੰਦੇ ਤੋਂ ਪੁੱਛਦੇ ਨੇ ਕਿ ਵੀ ਦੱਸੋ ਮੈਨੂੰ ਕੀ ਕਹਿਣਾ ਹੈ ਕਿਸ ਮੁੱਦੇ ਦੇ ਉੱਤੇ ਇਹ ਹਾਲਾਤ ਹੁਣ ਉਜਾਗਰ ਹੋ ਰਹੇ ਨੇ ਜਿਹੜੇ ਬੰਦੇ ਪਹਿਲੇ ਐਡਜਸਟ ਕੀਤੇ ਹੋਣੇ ਨੇ ਉਹਨਾਂ ਨੂੰ ਨੰਬਰ 1 ਤੇ ਨੰਬਰ 2 ਦੇ ਬੰਦਿਆਂ ਨੂੰ ਨੰਬਰ 1 ਤੇ ਲਿਆਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਜਿਹਦੇ ਵਿੱਚ CM ਸਾਹਿਬ ਨੇ ਆਪਣੀ ਨਾਰਾਜ਼ਗੀ ਔਰ ਆਪਣਾ ਰਿਜੈਕਸ਼ਨ ਜ਼ਰੂਰ ਦਿਖਾਇਆ ਔਰ ਇਹ ਗੱਲ ਇਸ ਤਰਫ ਵੀ ਇੰਡੀਕੇਟ ਕਰਦੀ ਹੈ ਕਿ ਮੁੱਖ ਮੰਤਰੀ ਨਹੀਂ ਜਾਂਦੇ ਕਿ ਉਹਨਾਂ ਨੂੰ ਕੋਈ ਰਿਮੋਟ ਤੇ ਜਾਏ ਔਰ ਘੱਟ ਤੋਂ ਘੱਟ ਇਹ ਤੇ ਬਿਲਕੁਲ ਨਹੀਂ ਜਾਂਦੇ ਕਿ ਪਬਲਿਕ ਦੇ ਵਿੱਚ ਇਹ ਮੈਸੇਜ ਜਾਏ ਕਿ ਮੈਂ ਕਿਸੇ ਦੇ ਕਹਿਣ ਤੇ ਕੋਈ ਵੀ ਡਿਸੀਜਨ ਲੈ ਰਿਹਾ ਇਹ ਗੱਲ ਕਿੰਨੀ ਕੁ ਅੱਗੇ ਜਾਂਦੀ ਹੈ ਹਾਂਜੀ ਕਹਿ ਰਹੇ ਸਾਹਿਬ ਇਹਦੇ ਵਿੱਚ ਇੱਕ ਸਵਾਲ ਇਹ ਵੀ ਬੜਾ ਵੱਡਾ ਨਾ ਕਿ ਦੋਵਾਂ ਧਿਰਾਂ ਦੇ ਵਿੱਚ ਟਕਰਾਅ ਤਾਂ ਹੈਗਾ ਰਫੜ ਤਾਂ ਹੈਗਾ ਜਿਹੜਾ ਹੁਣ ਪਰਦੇ ਤੇ ਆਇਆ ਜਿਹੜੀ ਧੁੱਖ ਰਹੀ ਸੀ ਭਾਂਬੜ ਵੀ ਬਣ ਸਕਦੀ ਕਿਸੇ ਵੇਲੇ ਲੇਕਿਨ ਫਿਲਹਾਲ ਉਹ ਧੁੱਖ ਦੀ ਚੋਂ ਧੂੰਆਂ ਜ਼ਿਆਦਾ ਉੱਠਿਆ ਰੌਲਾ ਇਸ ਗੱਲ ਦਾ ਕਿ ਮੁੱਖ ਮੰਤਰੀ ਇਹ ਜ਼ਾਹਰ ਕਰਨਾ ਚਾਹੁੰਦੇ ਆ ਕਿ ਨਹੀਂ ਮੈਂ ਮੁੱਖ ਮੰਤਰੀ ਹਾਂ ਤੇ ਮੈਂ ਮੁੱਖ ਮੰਤਰੀ ਵਜੋਂ ਫੈਸਲੇ ਲੈਣੇ ਆ ਇਹਦਾ ਮਤਲਬ ਮੁੱਖ ਮੰਤਰੀ ਵਜੋਂ ਫੈਸਲੇ ਲੈਣ ਦੇ ਵਿੱਚ ਦਿੱਕਤ ਆ ਰਹੀ ਸੀ ਤੇ ਜੇਕਰ ਇਹ ਸੁਨੇਹਾ ਬਾਹਰ ਨਿਕਲਦਾ ਕਿਸੇ ਵੀ ਰੂਪ ਦੇ ਵਿੱਚ ਤੇ ਬਹੁਤ ਵੱਡਾ ਸੁਨੇਹਾ ਅੱਜ ਮੁੱਖ ਮੰਤਰੀ ਲੁਧਿਆਣੇ ਦੇ ਵਿੱਚ ਰੇਤੇ ਨੂੰ ਲੈ ਕੇ ਇੱਕ ਵੱਡਾ ਫੈਸਲਾ ਲੈਣ ਲੱਗੇ ਫੈਸਲਾ ਸਿਧਾਂਤਕ ਹੋ ਗਿਆ ਮੈਂ ਫਿਰ ਇੱਕ ਵਾਰੀ ਉਸ ਗੱਲ ਤੇ ਤੁਹਾਨੂੰ ਲੈਵਾਂ ਸਭ ਤੋਂ ਵੱਡੀ ਗੱਲ ਹੈਗੀ ਹੈ ਕਿ ਮੁੱਖ ਮੰਤਰੀ ਹੁਣ ਕਿਉਂ ਰਿਐਕਟ ਕਰ ਰਹੇ ਨੇ ਉਹਨਾਂ ਨੂੰ OSD ਲਾਉਣ ਦੇ ਵਾਸਤੇ ਕਿਉਂਕਿ ਜਦ ਪਹਿਲੇ ਵੀ ਫੋਟੋ ਨਸ਼ਰ ਹੋਈ ਸੀ ਉਹਦੇ ਵਿੱਚ ਇਹ ਗੱਲ ਤੈਅ ਹੋ ਗਈ ਸੀ ਕਿ ਵੱਡੇ ਫੈਸਲਿਆਂ ਦੇ ਵਿੱਚ ਨਵਲ ਅਗਰਵਾਲ ਉਹਨਾਂ ਦਾ ਇੱਕ ਕੰਸੈਂਟ ਜਾਂ ਉਹਨਾਂ ਦੀ ਕੋਈ ਰਿਕਮੈਂਡੇਸ਼ਨ ਜ਼ਰੂਰ ਹੁੰਦੀ ਹੈ ਹੁਣ ਇਸ ਗੱਲ ਨੂੰ ਹੀ ਅਫੀਸ਼ੀਅਲ ਬਣਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਸੀ ਤਦ ਮੁੱਖ ਮੰਤਰੀ ਨੇ ਰਿਐਕਟ ਕੀਤਾ
और बकायदा जंजवा साहब ने इंस्ट्रक्शन दी भी नहीं मैनू कोई OSD नहीं चाहिए, तुसी लाना तो गवर्नेंस सोसाइटी या कोई उत्थे ला दो, पर उत्थे वो बनता जिहड़ी चीजा दित्तियां हुई है बंगले तो लैके गाड़ी तो लैके तनखाह तक उन्होंने जस्टिफाई नहीं किया जा रहा है। जंजवा साहब ने अज एक मीटिंग भी बुलाई है, मंडे नू एक मीटिंग हैगी है, उस मीटिंग दे विच कोई जोड़ तोड़ ला के कुछ कढ़िया जाएगा विच दा रस्ता जिहदे नाल नवल अग्रवाल की भी रह जाए ते मुख्यमंत्री उन्हां दी भी गल रह जाए। हुण देखो कल उस मीटिंग दे विच फैसला की हुंदा है, पर ए वे कि भी एदे उत्ते जोड़ तोड़ करन दी ते कोशिश की जा रही है। हुण भास्कर दिल्ली दा साहब, हुकम है, कुछ ना कुछ ना कुछ तो करना पड़ेगा। ਭਾਸਕਰ ਸਾਹਿਬ ਜਦੋਂ ਮੀਟਿੰਗ ਦੇ ਵਿੱਚ ਵੀ ਕੈਬਨਿਟ ਮੀਟਿੰਗ 'ਚ ਕੋਈ ਤਲਖੀ ਹੁੰਦੀ ਨਾ, ਇੱਕ ਸੁਨੇਹਾ ਮੋਟੇ ਤੌਰ ਤੇ ਵੀ ਚਲੇ ਜਾਂਦਾ। ਜਦੋਂ ਅਸਰਟ ਕਰਨ ਦੀ ਗੱਲ ਆਉਂਦੀ ਹੈ, ਜਦੋਂ ਸਾਰੀ ਕੈਬਨਿਟ ਦੇ ਵਿੱਚ ਸਾਰੇ ਮੰਤਰੀਆਂ ਨੂੰ ਪਤਾ ਹੋਊਗਾ ਕਿ ਮੁੱਖ ਮੰਤਰੀ ਨੇ ਲੱਤ ਲਾ ਦਿੱਤੀ ਹੈ, ਫਿਰ ਇਹ ਮੈਸੇਜ ਉੱਪਰ ਤੱਕ ਵੀ ਜਾਂਦਾ, ਜੋੜ ਤੋੜ ਵੀ ਲੱਗਣੇ ਸ਼ੁਰੂ ਹੋ ਜਾਂਦੇ। ਅਫਸਰ ਜਿਹੜੇ ਅੰਦਰ ਹੁੰਦੇ ਆ ਉਹ ਆਪਣੀ ਸਾਰੀ ਦੀ ਸਾਰੀ ਜਿੰਨੀ ਉਹ ਅਫਸਰਸ਼ਾਹੀ ਦੀ ਇੱਕ ਧਾਰਾ ਹੁੰਦੀ ਹੈ ਉਹਦੇ ਵਿੱਚ ਉਹ ਗੱਲ ਚਲੇ ਜਾਂਦੀ, ਇੱਕ ਸੁਨੇਹਾ ਲੱਗ ਜਾਂਦਾ ਕਿ ਨਹੀਂ ਮੁੱਖ ਮੰਤਰੀ ਆਈ ਤੇ ਆ ਗਏ। ਇਹ ਆਈ ਤੇ ਆਉਣ ਵਾਲੀ ਗੱਲ ਚੱਲ ਰਹੀ ਆ, ਹਾਲਾਂਕਿ ਇਹ ਬਹੁਤੀ ਵਾਰ ਨਹੀਂ ਆਈ, ਮੈਂ ਬਹੁਤ ਪੁਖਤਾ ਤਰੀਕੇ ਨਾਲ ਕਹਿ ਰਿਹਾ। ਔਰ ਉਸ ਕੈਬਨਿਟ ਦੇ ਅੰਦਰੋਂ ਸਾਡੇ ਸਰੋਤਾਂ ਨੇ ਇਹ ਗੱਲ ਪੁਖਤਾ ਕੀਤੀ ਆ ਕਿ ਮੁੱਖ ਮੰਤਰੀ ਦੇ ਲਹਿਜੇ 'ਚ ਤਲਖੀ ਸੀ ਔਰ ਤਲਖੀ ਦਿਸ ਰਹੀ ਸੀ ਔਰ ਸਾਫ਼ ਲਫ਼ਜ਼ਾਂ ਦੇ ਵਿੱਚ ਇਹਨੂੰ ਰੱਦ ਕੀਤਾ ਗਿਆ ਤੇ ਫਿਰ ਇਹ ਵਾਪਸ ਲੈ ਲਈ ਗਈ। ਇੱਥੇ ਪ੍ਰਿੰਸੀਪਲ ਸੈਕਟਰੀ ਉਸ ਵਿਭਾਗ ਦੇ ਤੇਜਵੀਰ ਸਿੰਘ ਦਾ ਛੁੱਟੀ ਤੇ ਹੋਣਾ ਵੀ ਮਾਇਨੇ ਰੱਖਦਾ ਹੈ। ਇਹਦਾ ਮਤਲਬ ਹੈ ਕਿ ਇਹ ਸਾਰਾ ਕੁਝ ਧੁੱਖ ਰਹੀ ਸੀ, ਪਤਾ ਸੀ ਅੰਦਰੋਂ, ਲੇਕਿਨ ਕਈ ਵਾਰੀ ਇਹ ਚੀਜ਼ਾਂ ਇਦਾਂ ਹੀ ਬਾਹਰ ਆਉਂਦੀਆਂ। ਮੈਂ ਦੂਜੀ ਗੱਲ ਜਿਹੜੀ ਕਰ ਰਿਹਾ ਸੀ ਉਹ ਵੀ ਅਤਿਹਮ ਆ। ਮੈਂ ਜਿਵੇਂ ਜ਼ਿਕਰ ਕੀਤਾ ਸੀ ਕਿ 2019 ਦੇ ਵਿੱਚ ਸਤੰਬਰ ਤੋਂ ਬਾਅਦ ਦੀ ਗੱਲ ਹੈ, ਸ਼ਾਇਦ ਸਤੰਬਰ ਦੇ ਆਸ ਪਾਸ ਦੀ, ਜਦੋਂ ਇਹ ਰੌਲਾ ਪੈ ਗਿਆ ਸੀਗਾ ਕਿ ਇੱਥੋਂ ਖਹਿੜਾ ਛਡਾਓ ਯਾਰ ਮਾਈਨਿੰਗ ਤੋਂ, ਵੀ ਨਿਕਲਦਾ ਕੱਖ ਹੈ ਨਹੀਂ, 40 ਕਰੋੜ ਰੁਪਏ ਕੋਈ ਵੱਡਾ ਨਹੀਂ ਹੁੰਦਾ ਸਰਕਾਰਾਂ ਲਈ ਤੇ ਬਦਨਾਮੀ ਇੰਨੀ ਹੈ। ਤੇ ਉਸ ਵੇਲੇ ਕੈਪਟਨ ਅਮਰਿੰਦਰ ਸਿੰਘ ਨੇ ਕਹਿਤਾ, ਅਫਸਰਾਂ ਨੂੰ ਇਹ ਗੱਲ ਕਹਿਤੀ, ਉਦੋਂ ਗੁਰਕੀਰਤ ਕਿਰਪਾਲ ਉੱਥੇ ਹੀ ਸੀਗੇ, ਸ਼ਾਇਦ ਉਹ ਸਪੈਸ਼ਲ ਪ੍ਰਿੰਸੀਪਲ ਸੈਕਟਰੀ ਸੀਗੇ ਅੰਦਰ, ਔਰ ਇਹ ਗੱਲ ਉਹਨਾਂ ਨੂੰ ਕਹਿਤੀ ਗਈ ਕਿ ਤੁਸੀਂ ਮਾਈਨਿੰਗ ਮੰਤਰੀ ਨਾਲ ਬਹਿ ਕੇ ਫੈਸਲਾ ਕਰ ਲਓ। ਲੇਕਿਨ ਮਾਈਨਿੰਗ ਮੰਤਰੀ ਨੇ ਕੀ ਕਿਹਾ ਮੈਨੂੰ ਨਹੀਂ ਪਤਾ, ਲੇਕਿਨ ਗੱਲ ਸਿਰੇ ਨਹੀਂ ਚੜੀ। ਅੱਜ ਉਹੀ ਗੁਰਕੀਰਤ ਕਿਰਪਾਲ ਲਗਭਗ ਕਾਫੀ ਸਾਰੀਆਂ ਖੱਡਾਂ ਨੂੰ ਸਰਕਾਰੀ ਖੱਡਾਂ ਦੇ ਰੂਪ ਦੇ ਵਿੱਚ ਲੋਕਾਂ ਨੂੰ ਪੇਸ਼ ਕਰਨ ਦੀ ਪ੍ਰਪੋਜ਼ਲ ਤਿਆਰ ਕਰ ਚੁੱਕੇ, ਜਿਹਦੇ 'ਚ ਅੱਜ ਕੁਝ ਨੂੰ ਕੀਤਾ ਜਾਣਾ। ਤੁਹਾਨੂੰ ਯਾਦ ਹੋਣਾ ਅਸੀਂ ਤੇ ਛੋਟੇ ਸੀ, ਰੇੜਿਆਂ ਦੇ ਉੱਤੇ ਲੈ ਆਉਂਦੇ, ਰੇੜੇ ਵਾਲੇ ਨੂੰ ਪੈਸੇ ਦੇਣੇ ਪੈਂਦੇ ਹੁੰਦੇ ਸੀ, 100-50 ਰੁਪਇਆ, ਉਹ ਰੇਤ ਲਿਆ ਦਿੰਦਾ ਹੁੰਦਾ ਸੀ। ਹੁਣ ਇਹਦੇ ਵਿੱਚ ਇਹ ਮੰਨਿਆ ਗਿਆ ਕਿ ਜਿਹੜੀਆਂ ਉੱਤੋਂ ਪ੍ਰਵਾਨਗੀਆਂ ਸੁਪਰੀਮ ਕੋਰਟ ਦੇ ਆਦੇਸ਼, ਵਾਤਾਵਰਨ ਦੇ ਮਾਮਲੇ, ਕੇਂਦਰ ਨਾਲ ਗੱਲਾਂ, ਜਿਹੜੇ ਉਹਦੇ ਤੇ 3 ਕੁ ਰੁਪਏ ਦੇ ਆਸ ਪਾਸ ਖਰਚ ਆਉਂਦਾ, 5.5 ਰੁਪਏ ਦਾ ਖਰਚਾ ਅੱਗੇ ਵਧਾਤਾ ਗਿਆ ਤਾਂ ਕਿ ਕੋਈ ਵੀ ਆਵੇ, ਆਪਣਾ ਵਾਹਨ ਲਿਆਵੇ, ਲੈ ਜੇ, ਤੇ ਜੇਕਰ ਜਿਹੜੀਆਂ ਚੱਲ ਰਹੀਆਂ ਖੱਡਾਂ ਜਿਹਨਾਂ ਦੇ ਠੇਕੇ ਦਿੱਤੇ ਹੋਏ ਆ ਉਹਨਾਂ ਦੇ ਨਾਲ ਨਾਲ ਸਰਕਾਰੀ ਖੱਡਾਂ ਚੋਂ ਵੀ ਮਿਲਣੀ ਸ਼ੁਰੂ ਹੋ ਜਾਏਗੀ ਰੇਤ, ਤੇ ਬਹੁਤ ਵਾਰੀ ਉਹਨਾਂ ਨੂੰ ਵੀ ਰੇਟ ਘਟਾਉਣੇ ਪੈਣਗੇ ਤੇ ਆਪਣੇ ਆਪ ਵੀ ਉਹ ਛੱਡ ਜਾਣਗੇ। ਮੇਰੇ ਖਿਆਲ ਜੀ ਉਹਨਾਂ ਨੂੰ ਛੇੜਿਆ ਨਹੀਂ ਗਿਆ, ਇੰਦਰਪ੍ਰੀਤ ਜੀ, ਜਿਹੜੀਆਂ ਠੇਕੇ ਤੇ ਚੜੀਆਂ ਖੱਡਾਂ ਨੇ ਉਹਨਾਂ ਨੂੰ ਨਹੀਂ ਛੇੜਿਆ ਗਿਆ, ਕਿਉਂਕਿ ਪਿਛਲੀ ਸਰਕਾਰ ਦੇ ਵੇਲੇ, ਕੈਪਟਨ ਅਮਰਿੰਦਰ ਦੀ ਸਰਕਾਰ ਦੇ ਵੇਲੇ ਹਾਈਕੋਰਟ ਦੇ ਵਿੱਚ ਕੁਝ ਅੰਡਰਟੇਕਿੰਗ ਦਿੱਤੀਆਂ ਹੋਈਆਂ, ਉਹਨਾਂ ਨੂੰ ਛੇੜਨਾ ਔਖਾ ਸੀ। ਲੇਕਿਨ ਸਮਾਨਾਂਤਰ ਸਰਕਾਰੀ ਖੱਡਾਂ ਚਲਾਉਣ ਦਾ ਮਤਲਬ ਹੈ, ਮੈਂ ਇਹ ਗੱਲ ਜ਼ਰੂਰ ਕਲੀਅਰ ਕਰਦਿਆਂ, ਕਿ ਪਿਛਲੇ ਮੰਤਰੀ ਨੇ, ਮਾਈਨਿੰਗ ਮੰਤਰੀ ਨੇ ਹਰਜੋਤ ਸਿੰਘ ਬੈਂਸ ਨੇ ਇੱਕ ਫੂਲ ਪਰੂਫ ਸਕੀਮ ਤਿਆਰ ਕੀਤੀ ਸੀ, ਕੋਈ 2500 ਕਰੋੜ ਰੁਪਏ ਦਾ ਰੈਵੀਨਿਊ ਇਕੱਠਾ ਕਰਨ ਦਾ ਉਹਨਾਂ ਨੇ ਪਲੈਨਿੰਗ ਖੜੀ ਕਰ ਲਈ ਸੀ, ਉਹਨਾਂ ਨਾਲ ਕ੍ਰਿਸ਼ਨ ਕੁਮਾਰ ਸੀ, ਪਰ ਜਿਸ ਤਰੀਕੇ ਨਾਲ ਉਹ ਗੁਜਰਾਤ ਚੋਣਾਂ ਦੀ ਭੇਂਟ ਚੜ ਗਏ, ਮੈਨੂੰ ਤਾਂ ਕਿਸੇ ਨੇ ਵੀ ਦੱਸਿਆ ਕਿ ਜਿੱਦਾਂ ਕੋਈ PhD ਕਰਦਾ ਇਸ ਤਰੀਕੇ ਦੀ ਤਿਆਰੀ ਇਹਨਾਂ ਦੋਵਾਂ ਨੇ ਲਗਾਤਾਰ ਸਾਰੇ ਦੇਸ਼ ਦੇ ਵਿੱਚ ਖੱਡਾਂ ਖੁੱਡਾਂ ਦੀ ਜਾਂ ਬਾਕੀ ਸਟੇਟਾਂ ਦੀ ਸਾਰੀ ਸਟੱਡੀ ਕਰਕੇ ਇਹਨਾਂ ਨੇ ਬਣਾਇਆ ਸੀ ਕੁਝ ਖਾਕਾ, ਪਰ ਬਦਲਤੇ ਗਏ। ਹੁਣ ਜਿਹੜਾ ਇਹ ਤਰੀਕਾ ਹੈ, ਮੈਨੂੰ ਲੱਗਦਾ ਇਹ ਮੁੱਖ ਮੰਤਰੀ ਠੀਕ ਟਰੈਕ ਤੇ ਜਾ ਰਹੇ ਆ। ਇੰਦਰਪ੍ਰੀਤ ਜੀ ਗੱਲ ਤੋਰੋ। ਬਿਲਕੁਲ, ਮੈਨੂੰ ਖੁਦ ਲੱਗ ਰਿਹਾ ਕਿ ਇਹ ਬਿਲਕੁਲ ਠੀਕ ਟਰੈਕ ਹੈ, ਕਿਉਂਕਿ ਦੇਖੋ ਪਹਿਲਾਂ ਵੀ ਸਾਡੇ ਸਿਸਟਮ ਇਹੀ ਸੀਗਾ, ਲੋਕ ਆਪਣੇ ਆਪ ਰੇਤਾ ਜਾ ਕੇ ਭਰ ਲੈਂਦੇ ਸੀਗੇ ਤੇ ਉਹਨਾਂ ਨੂੰ ਕੋਈ ਕੁਛ ਕਹਿੰਦਾ ਨਹੀਂ ਸੀਗਾ। ਹੁਣ ਤਾਂ ਪਰ ਪਿਛਲੇ ਤੁਸੀਂ ਕਹਿ ਲਓ ਕਿ 15 ਸਾਲ ਤੋਂ ਰੇਤਾ ਪੋਲੀਟੀਕਲ ਬੰਦਿਆਂ ਵਾਸਤੇ ਇੱਕ ਮਾਈਨ ਬਣ ਗਈ ਆ, ਜਿਹੜੀ ਉਹਨਾਂ ਦੀ ਗੋਲਡ ਮਾਈਨ ਹੈ, ਉਹਨਾਂ ਨੂੰ ਪੈਸਾ ਉੱਥੋਂ ਬਹੁਤ ਆਉਂਦਾ ਹੈ। ਗੱਲ ਜਿਹੜਾ ਪੈਸਾ ਆਉਣਾ ਉਹ ਰੇਤੇ ਦਾ ਨਹੀਂ ਹੈ, ਪੈਸਾ ਤਾਂ ਉਹ ਜਿਹੜੀ 2 ਨੰਬਰ 'ਚ ਜਿਹੜਾ ਲਿੱਤਾ ਜਾਂਦਾ ਹੈ ਉਸ ਦਾ ਪੈਸਾ ਹੈ ਕਿ ਇੱਕ ਇੱਕ ਟਰੱਕ ਤੋਂ 1500 ਰੁਪਏ ਜਾਂ 2000 ਰੁਪਏ ਜੋ ਵੀ ਇਹਨਾਂ ਦਾ ਰੇਟ ਰੱਖਿਆ ਹੋਏਗਾ, ਮੈਨੂੰ ਹੁਣ ਨਹੀਂ ਪਤਾ ਕਿ ਇਹਨਾਂ ਨੇ ਕੀ ਰੇਟ ਰੱਖਿਆ, ਉਹ ਜਿਹੜਾ ਪੈਸਾ ਉਹਨਾਂ ਕੋਲ ਆਉਂਦਾ ਹੈ ਉਹਦੀ ਗੱਲ ਹੈ। ਜੇ ਤੁਸੀਂ ਹੁਣ ਅੱਜ ਉਹਨਾਂ ਨੇ 18 ਮਾਈਨ ਜਿਹੜੀਆਂ ਹੈਗੀਆਂ ਨੇ, ਮੁੱਖ ਮੰਤਰੀ ਸਾਹਿਬ ਨੇ ਅੱਜ 18 ਸਾਈਟਾਂ ਨੇ ਜਿਹੜੀਆਂ ਉਹ ਕਰਨੀਆਂ ਨੇ ਲੋਕਾਂ ਦੇ ਹਵਾਲੇ, ਕਿ ਬਈ ਠੀਕ ਹੈ ਇਹ ਸਾਰੀਆਂ ਉੱਥੇ ਸਾਡਾ ਵਿਭਾਗ ਦਾ ਬੰਦਾ ਬੈਠੇਗਾ, ਜਿੰਨਾ ਤੁਹਾਨੂੰ ਉੱਥੇ ਲੈ ਕੇ ਜਾਣਾ ਲਓ, ਔਰ ਉੱਥੋਂ ਉਹਨੂੰ ਦੇ ਪਰ ਕਿਊਬਿਕ ਮੀਟਰ ਫਿੱਟ ਜਿਹੜਾ ਵੀ ਰੇਟ ਰੱਖਿਆ
5 रुपए 50 पैसे वो दो और ले जाओ। ये सरकार मैं लगता कि नहीं कि बहुत ही कोई ज्यादा आमदन होगी। वैसे भी रेते तो ये ठीक गल तुसी कही भी 2019 च ये आई सी गल और कैप्टन अमरिंदर सिंह होना नहीं कहा सीगा भी यदा यार कोई ज्यादा वो सानू नुकसान ही हो रहा है। जो तुम्हें याद होगा कि वो नवा शहर ये सारे हेलीकॉप्टर राही जी देख के आए थे किनिया मीटिंग्स हो रही है, तो उस तो बाद जी मीटिंग्स हुई सी ये आई सी गल कि यार 40 करोड़ पिछे बदनामी बहुत ज्यादा हो जाती है। तुम्हें याद होगा जी उस तो पहला अकाली भाजपा सरकार सी उस भी जोड़े व्डे वे चाहे बिक्रम मजीठिया होना का ना लगे चाहे चंदू माजरा होना का ना लगे सारे सारे इसे करके ही बदनाम होंगे कि ये माइनिंग कराते हैं रेता बहुत ज्यादा करवा रहे हैं। मतलब देखते दे भी नहीं है कि किन्नी कितने एनवायरमेंट नुकसान हो रहा है। इस तरह बदनामियां बहुत हो जाए तो खजाने के कुछ आंदा नहीं है। पर जेड़ा फिर तुम गल की कैप्टन अमरिंदर सिंह होना ने मैंने लगता है जेडे माइनिंग मिनिस्टर सीगे उन्होंने कहा कि नहीं असं इस तो ज्यादा पैदा कर सकते हैं और उदो 300 करोड़ रुपए के हिसाब न जड़िया है उन्होंने 300 करोड़ रुपए का रेवन्यू आना सी। जेडे अपने सुख सरकारिया सी मिनिस्टर उन्होंने कहा कि वो जेडे अकाली रिजीम दे विच 30 करोड़ रुपए आ रहा सी मैं उन्होंने 10 गुना वधाता है। ते उसे उत्ते आम आदमी पार्टी ने फिर सत्ता चो आने तो पहला एक क्लेम किया जो तो तुम्हें याद होगा केजरीवाल होरां ने कहा कि रेवेन्यू की कोई प्रॉब्लम नहीं है रेवेन्यू तो 20,000 करोड़ रुपए तो केवल खनन से आ सकता है। ये तो ये उन्होंने खुद ही स्टेटमेंट सी। पर जो सरकार आई तो बहुत सुख सरकारिया और विधानसभा च मैंने याद है उदो पूछा भी तुम 20,000 करोड़ कह रहे थे वो 20,000 करोड़ कितने हूं तो बजट भी आ गया तो बजट के भी इस तरह कोई प्रोविजन नहीं है भी तुम 20,000 करोड़ रखा हो। हरजोत बैंस उन्होंने कहा भी वेट करो हजे तक तुहाडे वाली पॉलिसी चल रही है जो साडे वाली पॉलिसी आएगी तो इन्ना पैसा आएगा। पर मैनू लगता कि पंजाब दे विच इन्नी नहीं समर्था हैगी कि 20,000 करोड़ रुपया कला माइनिंग तो आ सके। एडे कोई प्रोजेक्ट जी नहीं चल रहे पंजाब दे विच इंद्र कि इन्ना इंद्र आ जाए। इंद्रप्रीत जी, मैनू याद है सुख सरकारिया बहुत भड़क गए सी। उन्हां दा साथ बाजवा ने भी दिता सी विधानसभा च, बाकी लोगों ने भी, क्योंकि सुख हाँ सरकारिया नू इस गल दा अंदाजा सी कि साडी स्थिति की है। दूजी गल उहदे विच बिल्कुल इक बड़ी अहम गल है कि एक मोटा जिहा अंकड़ा मन्निया जांदा कि 6-7 हज़ार करोड़ की टोटल खपत है, उहदे चों 20 हज़ार करोड़ कित्थों आउणा। 3-4 हज़ार करोड़ माफिया कोले जांदा है, वख वख तरह दे कोल, उहदे च ट्रांसपोर्ट दे धंधे च लगे लोग जां ये खड्डां दा काम कर रहे सारे, और उहनां दे विच पोलिटिकल सरप्रस्ती नेक्सस अफसरां दे उह बड़ा कुछ है। उत्थों दे थाणियां दे SHO दा रोल बड़ा कुछ इस तरह हुंदा है। गुरकीर्त कृपाल दा जिक्र मैं इस करके कर रहा हां कि गुरकीर्त कृपाल ने इस वारी जदों इह प्रपोजल लियांदी, मेरी उहनां नाल गल नहीं हुई, उहनां दे किसे नेड़ले ने मैनूं जरूर दस्सिया कि मुढ़ले तौर ते यह मन्निया जा रहा है कि आपां इहनूं रेट नूं 3 रुपए तक लाइए, 3.5 तक लाइए, लेकिन बाद दे विच उहनां नूं कहा गया कि जिहड़े उत्ते खर्चे पैणे आ प्रवानगियां तों लै के कल नूं, क्योंकि एक निर्धारित सीमा तों अगे तुसीं उत्थे नहीं लै सकते, उत्थे तुहानूं बंदे बिठाउणे पैणगे, कल नूं तुहानूं उहदी फेंसिंग करनी पै सकदी आ, इह खर्चे जिहड़े आउणे। इस करके 2 रुपए का मार्जिन रख लो, जे 5-7 करोड़ रुपया आ भी जाऊगा ते इन्हां चीजां दे उत्ते खर्चे करन लई तुहाडे लई आसानी होगी। सो तुसीं ठीक कह रहे हो भास्कर साहब, इहदे कोई टिप्पणी जरूर दे दिओ, क्योंकि ये रेता कई सरकारां लई बहुत फायदेमंद रहा, सरकारां तों भाव पावरफुल बंदियां लई, ते सरकारां नूं लै भी डुब्बिया। सरकारां वास्ते ते बहुता पावरफुल नहीं रहा, पर हाँ विधायकां वास्ते जिहड़े दरिया कंढे जिन्नी भी कॉन्स्टिट्यूएंसियां पैंदियां उत्थे दे विधायक जरूर मालामाल होए सी। इहदे विच अपोजिशन दी वी जिहड़े पहले पूर्व विधायक सी उह वी काफी मालामाल होए सी। हुण इह गल हैगी है कि खड्डां ते सरकार अज खोलण जा रही है, मुख्यमंत्री उहनां लुधियाणे जा के वो खड्डां दा जिहड़ा पब्लिक माइनिंग साइट्स करके इहदा नाम दित्ता है। ਤੁਸੀਂ ਜਿਸ ਮਰਜ਼ੀ ਵਹੀਕਲ ਤੇ ਆਓ, ਟਰੈਕਟਰ ਟਰਾਲੀਆਂ ਲੈ ਕੇ ਆਓ, ਖੋਤਾ ਗੱਡੀ ਲੈ ਕੇ ਆਓ, ਰੇਤਾ ਭਰੋ, 5.5 ਰੁਪਏ ਦੇ ਹਿਸਾਬ ਨਾਲ ਪੈਸੇ ਦਿਓ ਤੇ ਉਹ ਜਾਓ। ਹੁਣ ਉਹ ਜਿਹੜੇ ਤਮਾਮ ਲੋਕ ਜਿਹਦੇ ਵਿੱਚ ਕਿਸੇ ਗੁੰਡਾ ਟੈਕਸ ਚੱਲਦਾ ਸੀਗਾ ਇਸ ਮਾਮਲੇ ਦੇ ਵਿੱਚ, ਉਹ ਕਿਤੇ ਅੱਗੇ ਉਹ ਗੁੰਡਾ ਟੈਕਸ ਵਾਲੇ ਤੇ ਨਹੀਂ ਖੜੇ ਹੋਣਗੇ। ਔਰ ਬਹੁਤ ਸਾਰੇ ਸਵਾਲ ਹੈਗੇ ਨੇ ਕਿ ਰੇਤੇ ਦੇ ਮੁੱਦੇ ਦੇ ਉੱਤੇ ਜਿਹੜੀ ਸਰਕਾਰ, ਜਿਹੜੀ ਅੱਜ ਦੀ ਸਰਕਾਰ ਹੈ, ਉਹ ਜਦ ਸਰਕਾਰ ਦੇ ਵਿੱਚ ਆਉਣਾ ਚਾਹੁੰਦੀ ਸੀ ਦਾਵਾ ਕਰਦੀ ਸੀ 20,000 ਕਰੋੜ ਰੁਪਏ ਦਾ, ਉਹ ਤੇ ਭੁੱਲ ਜਾਓ। 5.5 ਰੁਪਏ ਦੇ ਹਿਸਾਬ ਨਾਲ ਰੇਤਾ ਵੇਚ ਕੇ ਜਿਹੜੇ ਮੁਲਾਜ਼ਮ, ਜਿਹੜੇ ਅਫਸਰ ਉੱਥੇ ਪੋਸਟਡ ਹੋਣਗੇ, ਉਹਨਾਂ ਨੂੰ ਕਿੱਦਾਂ ਰੋਕੋਗੇ ਕਿ ਵੀ ਕਿੱਦਾਂ ਹੇਰਾਫੇਰੀ ਕਰਦੇ ਆ? ਕੀ ਇਹ ਸੋਚੋਗੇ ਕਿ ਵੀ ਰੇਤੇ ਦੇ ਕਾਰੋਬਾਰ ਦੇ ਵਿੱਚ ਜਿੰਨੀ ਕੁ ਕਮਾਈ ਦਾ
ਸਾਨੂੰ ਪਤਾ ਲੱਗਦਾ ਹੈ ਕਿ ਵੀ 40 ਬੰਦਿਆਂ ਦੀ ਲਿਸਟ, 40 ਐਮਐਲਏ ਦੀ ਲਿਸਟ ਕੈਪਟਨ ਅਮਰਿੰਦਰ ਸਿੰਘ ਉਹਨਾਂ ਨੇ ਵੀ ਸੋਨੀਆ ਗਾਂਧੀ ਵੱਲ ਘੱਲੀ ਸੀਗੀ ਕਿ ਵੀ ਇਹਦੇ ਵਿੱਚ ਆ ਸਾਰੇ ਬੰਦੇ ਇਨਵੋਲਵ ਨੇ। ਚਲੋ ਸ਼ੁਰੂਆਤ ਚੰਗੀ ਹੈ, ਮਨਸ਼ਾ ਵੀ ਠੀਕ ਹੈ, ਇਹ ਕਿੰਨਾ ਕੁ ਸਕਸੈਸਫੁਲ ਹੁੰਦਾ। ਜਦ ਨਵਜੋਤ ਸਿੰਘ ਸਿੱਧੂ ਉਹਨਾਂ ਵੀ ਆਪਣੀ ਪਹਿਲੀ ਕੈਬਨਿਟ ਦੀ ਮੀਟਿੰਗ ਦੇ ਵਿੱਚ ਉਹਨਾਂ ਨੇ ਵੀ ਇੱਕ ਪ੍ਰਪੋਜ਼ਲ ਰੱਖਿਆ ਸੀ ਸੈਂਡ ਕਾਰਪੋਰੇਸ਼ਨ ਦਾ, ਇਹ ਉਸ ਤੋਂ ਮਿਲਦੀ ਜੁਲਦੀ ਐਕਸਰਸਾਈਜ਼ ਤੇ ਹੈ। ਰੇਤੇ ਦੀ ਦੁਕਾਨ ਹਰਜੋਤ ਸਿੰਘ ਬੈਂਸ ਉਹਨਾਂ ਨੇ ਖੋਲੀ ਸੀ, ਤੁਸੀਂ ਬਿਲਕੁਲ ਠੀਕ ਕਿਹਾ, 2500 ਕਰੋੜ ਰੁਪਏ ਦਾ ਟੀਚਾ ਤੇ ਉਹਨਾਂ ਨੇ ਰੱਖ ਲਿਆ ਸੀਗਾ ਵੀ ਆਪਾਂ ਕਮਾਵਾਂਗੇ। ਪਰ ਚਲੋ ਇਹ ਸਾਰੇ ਟੀਚੇ ਇੱਕ ਤਰਫ, ਰੇਤੇ ਦੀ ਦੁਕਾਨ ਤੋਂ ਲੈ ਕੇ ਪਬਲਿਕ ਮਾਈਨ ਸਾਈਟਸ, ਇਹਦਾ ਖੋਲਣਾ ਮਨਸ਼ਾ ਠੀਕ ਹੈ, ਕਿੰਨੀ ਕੁ ਮਨਸ਼ਾ ਸਕਸੈਸਫੁਲ ਹੁੰਦੀ ਹੈ ਇਹ। ਚਲੋ ਅੱਜ ਮੁੱਖ ਮੰਤਰੀ ਖੋਲਣਗੇ ਇਹ ਦੁਕਾਨ ਨਵੀਂ, ਔਰ ਉਸ ਤੋਂ ਬਾਅਦ ਰਸ਼ ਕਿੱਦਾਂ ਹੁੰਦਾ ਹੈ, ਕਿੱਦਾਂ ਸਾਰਾ ਮੇਨਟੇਨੈਂਸ ਹੁੰਦਾ ਹੈ, ਕਿੱਦਾਂ ਸਾਰਾ ਮੈਨੇਜਮੈਂਟ ਹੁੰਦਾ ਹੈ, ਇਹਦੇ ਉੱਤੇ ਵੀ ਹਜੇ ਬੜਾ ਇੱਕ ਵੱਡਾ ਸਵਾਲ ਹੈਗਾ। ਭਾਸਕਰ ਸਾਹਿਬ, ਇੱਥੇ ਇੰਦਰਪ੍ਰੀਤ ਜੀ ਨੇ ਕੁਝ ਕਹਿਣਾ, ਪਰ ਮੈਂ ਇੱਕ ਚੀਜ਼ ਤੁਹਾਨੂੰ ਕਹਿ ਦਿਆਂ, ਜਦੋਂ ਲੋਕਾਂ ਨੂੰ ਪਤਾ ਹੋਵੇ ਨਾ ਕਿ ਸਰਕਾਰ ਨੇ ਆ ਨੀਤੀ ਬਣਾ ਲਈ ਹੈ, ਤੇ ਲੋਕ ਫਿਰ ਨਹੀਂ ਕਿਸੇ ਦੇ ਰੋਕਿਆਂ ਰੁਕਦੇ, ਕੋਈ ਗੁੰਡਾ ਟੈਕਸ ਖਲੋਤਾ ਹੋਊ ਰਾਹ ਦੇ ਵਿੱਚ ਤੇ ਉਹ ਸਾਰਾ ਅੱਜ ਕੱਲ੍ਹ ਲੋਕ ਕੈਮਰਾ ਖੋਲ ਲੈਂਦੇ ਫੋਨ ਦਾ, ਨਾਲ ਹੀ ਕਹਿੰਦੇ ਹਾਂ ਦੱਸ ਵੀ ਕੀ ਲੈਣਾ। ਜਦੋਂ ਇਹ ਗੱਲ ਕਲੀਅਰ ਹੋ ਗਈ ਕਿ ਸਰਕਾਰ ਨੇ ਕਿਹਾ ਕਿ ਆਪਣੀ ਟਰਾਲੀ ਲਿਆਓ 5.5 ਰੁਪਏ ਦੇ ਹਿਸਾਬ ਨਾਲ ਲੈ ਜਾਓ, ਪਿੰਡ ਵਾਲੇ ਤੇ ਲੈ ਆਉਣਗੇ, ਸ਼ਹਿਰਾਂ ਵਾਲਿਆਂ ਨੂੰ ਫੇਰ ਵੀ ਏਜੰਟਸ ਦੇ ਉੱਤੇ ਨਿਰਭਰ ਕਰਨਾ ਪਊਗਾ, ਲੇਕਿਨ ਉਹਨਾਂ ਨੂੰ ਵੀ ਪਤਾ ਹੋਊਗਾ ਕਿ ਰੇਟ ਆ ਵਾ, ਤੁਸੀਂ ਦੱਸੋ ਵਿੱਚੋਂ ਲੈਣਾ ਕੀ ਆ। ਫਿਰ ਨੈਗੋਸੀਏਸ਼ਨ ਹੋਣ ਦੀ ਸੰਭਾਵਨਾ ਰਹਿੰਦੀ ਹੈ ਕਿ ਜੇ ਟਰੱਕ ਤੇ ਮੰਗਾਉਣੀ ਆ ਪਠਾਨਕੋਟ ਤੋਂ ਅੰਮ੍ਰਿਤਸਰ ਤੱਕ ਦਾ, ਗੁਰਦਾਸਪੁਰ ਤੱਕ ਦਾ, ਹੁਸ਼ਿਆਰਪੁਰ ਤੱਕ ਦਾ, ਟਰੱਕ ਦਾ ਇੰਨਾ ਖਰਚਾ ਹੈ ਤੇ ਇੰਨੇ ਦੀ ਰੇਟ ਵਿੱਚ ਆਉਣੀ ਆ, ਲੋਕ ਫੀਤਾ ਫੜ ਕੇ ਮਿਣਤੀਆਂ ਮਾਰਨ ਲੱਗ ਪੈਂਦੇ ਆ। ਮੈਨੂੰ ਲੱਗਦਾ ਹੈ ਕਿ ਲੋਕ ਇੱਥੇ ਹੇਰਾਫੇਰੀ ਜਿਹੜੀ ਉਹਦੀ ਗੁੰਜਾਇਸ਼ ਬਹੁਤ ਹੀ ਨਹੀਂ, ਹੁਣ ਨਿਰਭਰ ਇਸ ਗੱਲ ਤੇ ਆ ਕਿ ਸਰਕਾਰ ਇੰਨੀ ਮੁਹੱਈਆ ਕਰਾ ਦੂ। ਤੁਸੀਂ ਦੋ ਰਾਏ ਨਹੀਂ ਇੰਦਰਪ੍ਰੀਤ ਜੀ ਕਿ ਜੇਕਰ ਇੱਕ ਪਾਸੇ ਇੱਕ ਰੇਤੇ ਦੀ ਖੱਡ ਪ੍ਰਾਈਵੇਟ ਪਲੇਅਰ ਚਲਾ ਰਿਹਾ, ਜਿਹਨੂੰ ਅਧਿਕਾਰ ਤਾਂ ਠੇਕਾ ਮਿਲਿਆ ਹੋਇਆ, ਉਹ ਚਲਾਊਗਾ, ਲੇਕਿਨ ਉਹਦੀ 20 ਰੁਪਏ 30 ਰੁਪਏ ਉਹ ਫੁੱਟ ਵਾਲੀ ਕਿਉਂ ਕੋਈ ਲਊਗਾ ਜੇ ਉਹਨੂੰ ਲੱਗੇ 6-7-8 ਦੇ ਵਿੱਚ ਮਿਲ ਰਹੀ ਹੋਊਗੀ। ਸੋ ਮੈਨੂੰ ਲੱਗਦਾ ਕਿ ਉਹ ਵੀ ਛੇਤੀ ਛੱਡ ਜਾਣਗੇ ਜਾਂ ਕੰਪੀਟੀਸ਼ਨ ਦੇ ਵਿੱਚ ਆ ਕੇ ਇਹਦੇ ਨਾਲੋਂ ਵੀ ਰੇਟ ਘਟਾਉਣਗੇ, ਫਿਰ ਮਾਰਜਿਨ ਦੀ ਗੇਮ ਆ ਜਾਊਗੀ ਨਾ। ਫਿਰ ਇਹ ਸਵਾਲ ਜ਼ਰੂਰ ਆ ਕਿ ਜੇ ਸਰਕਾਰ ਇਹਦੇ ਤੇ ਪਹਿਰਾ ਦਿੰਦੀ ਆ, ਅਫਸਰਸ਼ਾਹੀ ਪੂਰੀ ਤਰ੍ਹਾਂ ਇਹਦੇ ਤੇ, ਇਹ ਨਾ ਹੋਵੇ ਕਿ ਸਰਕਾਰੀ ਖੱਡ ਦੇ ਵਿੱਚ ਰੇਤਾ ਹੀ ਨਾ ਹੋਵੇ ਤੇ ਫਿਰ ਤੇ ਨਾਲ ਦੇ ਨੇ ਤੇ ਮਨ ਚ ਆ ਰੇਟ ਲਾਉਣਾ ਹੀ ਆ ਨਾ, ਇਹ ਚੀਜ਼ਾਂ ਬੜੀਆਂ ਅਹਿਮ ਹੋਣਗੀਆਂ। ਜੀ ਇੰਦਰਪ੍ਰੀਤ ਬਿਲਕੁਲ ਠੀਕ ਕਹਿ ਰਹੇ। ਮੈਂ ਇਹ ਕਹਿਣਾ ਚਾਹੁੰਦਾ ਕਿ ਇੱਕ ਇਹ ਐਕਸਰਸਾਈਜ਼ ਪਹਿਲਾਂ ਵੀ ਹੋਈ ਸੀਗੀ, ਜਦੋਂ ਤੁਹਾਨੂੰ ਯਾਦ ਹੋਊਗਾ ਕਿ ਪਿਛਲੀ ਗਵਰਨਮੈਂਟ ਵੇਲੇ ਇਹ ਕੰਮ ਮੰਡੀ ਬੋਰਡ ਨੂੰ ਦਿੱਤਾ ਸੀ ਇੱਕ ਵਾਰੀ, ਕਿ ਮੰਡੀ ਬੋਰਡ ਇਹ ਕੰਮ ਕਰੇਗਾ ਔਰ ਉਹ ਆਪਣਾ ਰੇਤਾ, ਕਿਉਂਕਿ ਮੰਡੀ ਬੋਰਡ ਕੋਲੇ ਸਿਰਫ 2 ਮਹੀਨੇ ਹੀ ਕੰਮ ਹੁੰਦਾ ਜਦੋਂ ਪੈਡੀ ਔਰ ਵੀਟ ਦੀ ਖਰੀਦ ਹੁੰਦੀ ਹੈ, ਉਸ ਤੋਂ ਬਾਅਦ ਤਾਂ ਮੰਡੀ ਬੋਰਡ ਦੇ ਜਿਹੜੇ ਫੀਲਡ ਅਧਿਕਾਰੀ ਆ ਉਹ ਤਕਰੀਬਨ ਵਿਹਲੇ ਹੀ ਹੁੰਦੇ ਆ, ਤਾਂ ਇਹ ਮੰਡੀ ਬੋਰਡ ਦੇ ਯਾਰਡਾਂ 'ਚ ਵੀ ਰੱਖੀ ਜਾ ਸਕਦੀ ਹੈ। ਪਰ ਪ੍ਰੋਬਲਮ ਉੱਥੇ ਫਿਰ ਇਹੀ ਆਈ ਸੀ ਕਿ ਪਹਿਲਾਂ ਦਰਿਆ ਤੋਂ ਤੁਸੀਂ ਯਾਰਡਾਂ ਦੇ ਵਿੱਚ ਲੈ ਕੇ ਆਓ, ਯਾਰਡ ਪਹਿਲਾਂ ਹੀ ਸਾਡੇ ਕੋਲ ਥੋੜੇ ਹੈ, ਇੱਕਦਮ ਅਗਰ ਕੋਈ ਸੀਜ਼ਨ ਆ ਗਿਆ ਤਾਂ ਫਿਰ ਇਹਨਾਂ ਨੂੰ ਰੱਖੋਗੇ ਕਿਤੇ। ਹੁਣ ਜਿਹੜੀ ਹੁਣ ਕਹੀ ਗਈ ਹੈ ਗੱਲ ਕਿ ਤੁਸੀਂ ਸਾਈਟ ਤੇ ਜਾ ਕੇ ਹੀ ਲਿਆਓ, ਲੋਕਾਂ ਨੂੰ ਹੀ ਕਹਿ ਦਿਓ, ਲੋਕਾਂ ਨੂੰ ਹੀ ਦੇ ਦਿਓ, ਇਹ ਮੈਨੂੰ ਲੱਗਦਾ ਕਿ ਵਿੱਚ ਵਾਲਾ ਰਸਤਾ ਹੈ। ਤਾਂ ਇਹਦੇ ਨਾਲ ਕੀ ਹੋਊਗਾ, ਜਿਹੜੀ ਗੱਲ ਤੁਸੀਂ ਹੁਣ ਕਹੀ ਹੈ ਕਿ ਜੇ ਲੋਕ ਉੱਥੇ ਜਾਣ ਲੱਗ ਗਏ ਤਾਂ ਮਾਰਕੀਟ ਦੇ ਵਿੱਚ ਜਿਹੜੀ ਇੱਕ ਸਪਲਾਈ ਤੇ ਡਿਮਾਂਡ ਦਾ ਜਿਹੜਾ ਗੈਪ ਹੈ ਉਹ ਮੈਨੂੰ ਲੱਗਦਾ ਕਿ ਕਾਫੀ ਘੱਟ ਜਾਏਗਾ। ਉਹਦੇ ਨਾਲ ਜਿਹੜੇ ਫਿਰ ਇਹਨਾਂ ਤੇ ਵੀ ਦਬਾਅ ਰਹੇਗਾ, ਜਿਹੜੇ ਜਿਨ੍ਹਾਂ ਨੇ ਖੱਡਾਂ ਠੇਕੇ ਤੇ ਲਿੱਤੀਆਂ ਹੋਈਆਂ ਨੇ, ਕਿ ਉਹ ਵੀ ਫਿਰ ਮਨਚਾਹਾ ਰੇਟ ਨਹੀਂ ਲਗਾ ਸਕਣਗੇ, ਕਿਉਂਕਿ ਉਹਨਾਂ ਨੇ ਵੀ ਅਲਟੀਮੇਟਲੀ ਤਾਂ ਆਪਣਾ ਮਾਲ ਵੇਚਣਾ ਹੀ ਹੈ ਨਾ ਜੀ। ਤਾਂ ਉਹ ਫਿਰ ਉਨੇ ਹੀ ਰੇਟ ਤੇ ਦੇਣਗੇ ਜਿਹੜਾ ਮਾਰਕੀਟ ਨੂੰ ਸੂਟ ਕਰਦਾ। ਬਾਕੀ ਟਰਾਂਸਪੋਰਟਰ ਟਰਾਂਸਪੋਰਟਰਾਂ ਦੇ ਰੇਟ ਵੀ ਤੈਅ ਕੀਤੇ ਨੇ ਸਰਕਾਰ ਨੇ। ਕੋਈ ਟਰਾਂਸਪੋਰਟਰ ਵੀ ਏਦਾਂ ਨਹੀਂ ਕਿ ਕੋਈ ਟਰੈਕਟਰ ਟਰਾਲੀ ਜਾਂ ਟਿੱਪਰ ਲੈ ਕੇ ਜਾਣਾ ਹੈ ਤੇ ਉਹ ਬਹੁਤੇ ਜ਼ਿਆਦਾ ਰੇਟ ਲੋਕਾਂ ਤੋਂ ਲੈ ਲੇ। ਉਹਦੇ ਉੱਤੇ ਵੀ ਕੰਟਰੋਲ ਹੁਣ ਸਰਕਾਰ ਕਰਨ ਦੀ ਸੋਚ ਰਹੀ ਹੈ, ਕਿਉਂਕਿ ਰੇਟ ਲਿਸਟ ਤੇ ਤੈਅ ਕਰ ਦਿੱਤੀ ਗਈ ਹੈ ਕਿ ਵੀ ਇੰਨੇ ਫਿੱਟ ਦਾ ਟਿੰਪਰ, ਇੰਨੇ ਪੈਸੇ ਦੇ ਵਿੱਚ, ਇੰਨੇ ਕਿਲੋਮੀਟਰ, ਇਹ ਰੇਟ ਲੱਗੂਗਾ। ਹੁਣ ਉਸ ਰੇਟ ਨੂੰ ਕੰਟਰੋਲ ਕਰਕੇ ਰੱਖਣਾ ਇਹ ਸਰਕਾਰ ਵਾਸਤੇ ਹੈ ਤੇ ਜੱਬ, ਪਰ ਹੁਣ ਇਹ ਕਰਨ ਵਿੱਚ ਕਾਮਯਾਬ ਹੋ ਜਾਂਦੇ ਨੇ ਤੇ ਇਹ ਇੱਕ ਸਰਕਾਰ ਦੀ ਇੱਕ ਵੱਡੀ ਅਚੀਵਮੈਂਟ ਦੇ ਤੌਰ ਤੇ ਵੀ ਨਿਕਲ ਕੇ ਆਏਗੀ ਗੱਲ। ਭਾਸਕਰ ਸਾਹਿਬ, ਇਹਦੇ ਵਿੱਚ ਇਹ ਵੀ ਗੱਲ ਬੜੀ ਅਹਿਮ ਆ ਨਾ ਕਿ ਲੋਕ ਆਪਣੇ ਤੌਰ ਤੇ ਨੈਗੋਸ਼ੀਏਸ਼ਨ ਕਰ ਲੈਂਦੇ ਆ। ਹੁਣ ਅਜੇ ਕੀ ਸੀਗਾ ਕਿ ਕਿਹਾ ਜਾਂਦਾ ਸੀ ਮਾਰਕੀਟ ਦੇ ਵਿੱਚ ਰੇਤ ਹੈ ਹੀ ਨਹੀਂ, ਤੁਹਾਨੂੰ ਦਈਏ ਕਿੱਥੋਂ, ਬੜੀ ਮੁਸ਼ਕਲ ਲਿਆਉਣੀ ਪੈਣੀ ਆ, ਸਤਾਈ ਬੜੀ ਆ, ਕਿਤੋਂ ਮਿਲ ਨਹੀਂ ਰਹੀ, ਖੱਡਾਂ ਬੰਦ ਨੇ, ਔਰ ਕਿੱਥੇ ਕਿੱਥੇ ਜਾ ਕੇ ਰੇਟ ਚੜੇ ਸੀ ਕੋਈ ਅੰਦਾਜ਼ਾ? ਜਿਨ੍ਹਾਂ ਨੇ ਪਿਛਲੇ 6 ਮਹੀਨਿਆਂ ਦੇ ਵਿੱਚ ਆਪਣੇ ਕੋਈ ਮਕਾਨ ਬਣਾਏ ਆ ਜਾਂ ਕੋਈ ਕੰਸਟਰਕਸ਼ਨ ਦੇ ਬਾਕੀ ਕੰਮ ਸੀ, ਬਹੁਤ ਮੁਸ਼ਕਲ ਉਹਨਾਂ ਨੂੰ ਹੋਈ। ਆਪਾਂ ਅੱਗੇ ਵੱਧਦੇ ਹਾਂ, ਇਹ ਤੁਸੀਂ ਸਾਂਝੇ ਤੌਰ ਤੇ ਦੇਖ ਲਓ ਖਬਰ ਕਿੰਨਾ ਕਿੰਨਾ ਨੇ ਲੈਣੀ ਆ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਦੋਂ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਖਿਲਾਫ ਖੜਦੀ ਹੈ, ਹਰਿਆਣੇ ਦਾ ਵਿਧਾਨ ਸਭਾ ਦਾ ਉਹ ਫੈਸਲਾ ਜਦੋਂ ਸੁਪਰੀਮ ਕੋਰਟ ਜਸਟੀਫਾਈ ਕਰਦੀ ਹੈ ਉੱਤੇ ਮੋਹਰ ਲਾਉਂਦੀ ਹੈ, ਤੇ ਉਸ ਤੋਂ ਬਾਅਦ ਬੜਾ ਬਵਾਲ ਹੋ ਗਿਆ ਸੀਗਾ ਕਿ ਸਿੱਖਾਂ ਦੇ ਮਾਮਲਿਆਂ 'ਚ ਦਖਲ ਦਿੱਤਾ ਸਰਕਾਰਾਂ ਨੇ,
और सुप्रीम कोर्ट दे विच एक बारी फिर क्योंकि उन्हें चैलेंज किया गया सी वो पहले फैसले नूं ते सुप्रीम कोर्ट ने उहदे ते कोई दखल नहीं दिता रादर वो पटीशन नूं खारज करता इहदा मतलब पहला फैसला बरकरार है। हरियाणा दे सिख अपने गुरद्वारियां दे प्रबंध लई अपनी कमेटी चुन लई आजाद ने हुण उत्थों दी सरकार उत्थों दे लोकां दे धार्मिक मामलों च फैसले लैण दी हकदार है पिछली बारी सुप्रीम कोर्ट ने गल कही सी इस गल नूं अगे वधाओ जरा थोड़ी जी डिटेल दे दिओ। सितंबर 20, 2022 नूं सुप्रीम कोर्ट ने यह फैसला दिता सीगा कि हरियाणा दे विच वखरी SGPC जिहड़ी कि हुड्डा उहनां दी सरकार दे विच कैबिनेट ने एक नवा एक्ट बना के हरियाणा दे विच वखरी SGPC नूं प्रवानगी दित्ती सी उस प्रवानगी ते मोहर लाती सीगी सितंबर 20, 2022 दे सुप्रीम कोर्ट ने। हुण उस पटीशन नूं उस ऑर्डर नूं उस जजमेंट नूं चैलेंज किया गया सीगा और चैलेंज किन्ने किया सीगा SGPC दे ही मैंबर हैगे ने हरभजन सिंह। असी यह मन के चलीए कि SGPC ने यह क्लेम भी किया सीगा असी रिव्यू पटीशन पाई है पहले उन्होंने केंद्र सरकार तो गुहार लाई सी कि भी तुसी इस मुद्दे ते कुछ कहो। हुण पटीशन दे विच क्या की गया सीगा कि जिहड़ा गुरद्वारा ऑल इंडिया गुरद्वारा एक्ट 1925 है उहदे हिसाब नाल यह सेंट्रल लैजिस्लेशन है ते इहदे विच कोई भी सूबे की सरकार इंटरवीन करके SGPC जिहड़ी इंटर स्टेट कारपोरेशन बॉडी है यानी उन्होंने दूजी स्टेटा के भी SGPC के गुरुद्वारे कंट्रोल करने का एक हक है उसनों कल खारिज करता और सुप्रीम कोर्ट ने बड़ा क्लीयरली यह गल कहता कि किसी भी सूबे को यह हक हैगा कि वह अपने स्टेट के गुरुद्वार वास्ते एक नवी वक्री SGPC या कंट्रोल बॉडी बना सकते हैं। हुण यह गल इत्थे नहीं रुकेगी सुप्रीम कोर्ट के इस ऑर्डर तो बाद दूजिया स्टेटा के भी यह गल उठेगी भावें वह जम्मू कश्मीर होए भावें वह हिमाचल प्रदेश होए यह गल SGPC ने रिव्यू पटीशन पा के अपने आप एक पंगा जहा पा लिया। हुण SGPC को कुछ नहीं हैगा इदा का जो कानूनी तौर पर उस फैसले नूं सुप्रीम कोर्ट दे ते हरियाणा सरकार दे चैलेंज कर सके। यह जरूर है कि हरियाणा दे विच जिहड़ी नवी SGPC बनी है वह आपस में दो फाड़ है झीडा साहब अलग दादूवाल साहब का तो पता ही नहीं अजकल कि कैंप ने और जो बाबा करमजीत सिंह उन्होंने बनाए ने वह भी अज इस फैसले के उत्ते रिएक्ट करते हुए कहते हैं बे असी इस फैसले का ही वेट कर रहे थे हूँ अपना पूरा कंट्रोल गुरुद्वारों को लैके आप बड़ी छेती लै लेना। SGPC का हरियाणा SGPC के किसी भी तरीके का दखल हूँ नहीं हो सकता। SGPC किदा रिएक्ट करती है इस मुद्दे के उत्ते हजे देखने वाली गल है। जदों इंद्रप्रीत जी भास्कर साहब हरियाणा की SGPC कह रहे मैं थोड़ा जिहा नां नूं करैक्ट कर दिया किसी वेले यह भी ऑब्जेक्शनेबल हो जाता इन्हों हरियाणा सिख गुरद्वारा मैनेजमेंट कमेटी कहिंदे ने उस दूजे लफ्जां च दूजा भास्कर साहब क्योंकि हरियाणे दे विच ही ज्यादा मैंबर आउंदे सी पंजाब तों बाद दरअसल यह इंटर स्टेट कारपोरेट बॉडी सीगी संविधान दे हिसाब नाल ही बनी सीगी उहदे विच हिमाचल चंडीगढ़ ते हरियाणा ही आउंदे सीगे दिल्ली दी पहला ऑलरेडी वक्त हो गई है हुण हिमाचल दी भी कोई एक अद्ध सीट है ते चंडीगढ़ दा भी जिहड़ा कोई बहुत वड्डा नहीं है हुण इह पंजाब तक ही सीमित है। मैनूं तां लगदा जे जिहड़ी श्रोमणी कमेटी इस गल लई जेकर अगे वधे कि उन्हां लई भी वक्रे फैसले हो जाण तां मैनूं लगदा स्टेट दे विच इलैक्शनां कराउणियां सौखियां हो जाणगियां फिर केंद्र वल नहीं वेखणा पऊगा। जदों एक ही स्टेट दी कोई बॉडी हुंदी है उस स्टेट दे विच 5 साल बाद क्योंकि पोलिटिकली भी इहदे नुकसान खेतरी पद्धर ते होणगे इस करके मैनूं लगदा कि इह श्रोमणी कमेटी की चोण समें सिर होवे इह स्टेट वाइज ही बण जे जां तां इह प्रबंध जां तां ऑल इंडिया पद्धर ते हुंदा इहदे विच तुसीं ਹਜ਼ੂਰ ਸਾਹਿਬ ਤੋਂ ਲੈ ਕੇ ਪਟਨਾ ਸਾਹਿਬ ਤੋਂ ਲੈ ਕੇ ਦਿੱਲੀ ਤੋਂ ਲੈ ਕੇ ਜਾਂ ਤਾਂ ਆਲ ਇੰਡੀਆ ਬਣ ਜਾਂਦਾ ਐਕਟ ਲੇਕਿਨ ਜੇ ਆਲ ਇੰਡੀਆ ਸਿੱਖ ਗੁਰਦੁਆਰਾ ਐਕਟ ਨਹੀਂ ਬਣਦਾ ਜਿਹਦੇ ਲਈ ਪਹਿਲਾਂ ਕਿਤੇ ਅਕਾਲੀ ਦਲ ਪੈਰਵਾਈ ਕਰਦਾ ਰਿਹਾ ਤੇ ਹੁਣ ਸ਼ਾਇਦ ਸ਼੍ਰੋਮਣੀ ਕਮੇਟੀ ਨੂੰ ਸਭ ਤੋਂ ਸੌਖਾ ਵਾਰਾ ਖਾਂਦਾ ਕਿ ਉਹ ਸਟੇਟ ਦਾ ਐਕਟ ਹੋਵੇ ਤੇ ਸਟੇਟ ਦੇ ਵਿੱਚ ਹੀ ਘੱਟੋ ਘੱਟ 5 ਸਾਲਾਂ ਬਾਅਦ ਵਿਧਾਨ ਸਭਾ ਵਾਂਗ ਸਰਪੰਚਾਂ ਪੰਚਾਂ ਵਾਂਗ ਮਿਊਂਸੀਪਲ ਕਾਰਪੋਰੇਸ਼ਨਾਂ ਵਾਂਗ ਚੋਣਾਂ ਤਾਂ ਹੋ ਸਕਣ ਕਿਉਂ ਇੰਦਰਪ੍ਰੀਤ ਜੀ। ਦੇਖੋ ਰੰਧਾਵਾ ਸਾਹਿਬ ਬਿਲਕੁਲ ਤੁਹਾਡੀ ਗੱਲ ਠੀਕ ਹੈ ਕਿ ਇਹ ਨਾ ਐਕਚੁਅਲੀ ਦੋ ਵਾਰੀ ਇਹ ਐਫਰਟ ਹੋਇਆ ਵੀ ਹੈ ਮਤਲਬ ਇੱਕ ਵਾਰ ਤਾਂ ਜਸਟਿਸ ਹਰਬੰਸ ਸਿੰਘ ਹੋਣਾ ਨੇ ਇੱਕ ਪੂਰਾ ਡਰਾਫਟ ਵੀ ਤਿਆਰ ਕੀਤਾ ਸੀਗਾ ਇਹਦਾ ਉਹ ਫਿਰ ਬਾਅਦ 'ਚ ਮਤਲਬ ਟੇਕਅਪ ਨਹੀਂ ਹੋਇਆ ਉਹਨੇ ਆਲ ਇੰਡੀਆ ਗੁਰਦੁਆਰਾ ਐਕਟ ਬਣਾਉਣ ਦੀ ਉਹਨਾਂ ਨੇ ਗੱਲ ਕੀਤੀ ਸੀ ਔਰ ਸਾਰਾ ਉਹ ਡਰਾਫਟ ਸਾਰੀਆਂ ਸਟੇਟਾਂ ਨੂੰ ਭੇਜਿਆ ਗਿਆ ਸੀਗਾ ਕਿ ਇਸ 'ਤੇ ਆਪਣੇ ਆਪਣੇ ਤੁਸੀਂ ਵਿਚਾਰ ਦੇ ਸਕਦੇ ਹੋ ਕਿਉਂਕਿ ਜਦੋਂ SGPC ਬਣਾਈ ਸੀਗੀ ਜਿਹੜਾ SGPC ਵਾਲਾ ਐਕਟ ਹੈ ਉਹ ਮਹਾਂ ਪੰਜਾਬ ਵਾਲਾ ਜਿਹੜਾ ਆਜ਼ਾਦੀ ਤੋਂ ਪਹਿਲਾਂ ਵਾਲਾ ਜਿਹੜਾ ਪੰਜਾਬ ਸੀ ਉਹਦੇ ਵਿੱਚ ਹੀ ਬਣਾਇਆ ਗਿਆ ਸੀ ਉਹਦੇ ਲਈ ਤੇ ਉਹਦੇ ਸਿੱਖ ਬਹੁਤੇ ਬਾਹਰ ਨਹੀਂ ਸੀਗੇ ਹੁਣ ਤਾਂ ਸਿੱਖ ਵਿਦੇਸ਼ਾਂ 'ਚ ਵੀ ਚਲੇ ਗਏ ਹੈ ਬਹੁਤ ਜ਼ਿਆਦਾ ਫੈਲਾਅ ਹੋ ਗਿਆ ਹੈ ਔਰ ਕੰਟਰੀ ਵਾਈਡ ਵੀ ਉਹ ਬਹੁਤ ਫੈਲ ਗਏ ਹੈ ਤਾਂ ਇਸ ਕਰਕੇ ਮਤਲਬ ਇਹ ਜਿਹੜੀ SGPC ਦਾ ਹੁਣ ਮੌਜੂਦਾ
ਜਿਹੜਾ ਸਿਸਟਮ ਹੈ, ਮੈਨੂੰ ਲੱਗਦਾ ਕਿ ਇਹਦੇ ਵਿੱਚ ਹੀ ਬਹੁਤ ਵੱਡਾ ਬਦਲਾਅ ਕਰਨ ਦੀ ਲੋੜ ਹੈਗੀ ਹੈ। ਕਿਉਂਕਿ ਇੱਕ ਤਾਂ ਸਿੱਖ ਵੈਸੇ ਹੀ ਮਾਈਨੋਰਿਟੀ ਚ ਹੈਗੇ ਆ ਕੰਟਰੀ ਦੇ ਵਿੱਚ, ਤਾਂ ਮਾਈਨੋਰਿਟੀ ਨੂੰ ਹੁਣ ਇੱਕ ਹੋਰ ਅੱਗੇ ਸਟੇਟਾਂ ਚ ਵੰਡਣਾ ਤਾਂ ਬਿਲਕੁਲ ਹੀ ਠੀਕ ਨਹੀਂ ਰਹੂਗਾ। ਮੈਨੂੰ ਲੱਗਦਾ ਕਿ ਇੱਕ ਆਲ ਇੰਡੀਆ ਐਕਟ ਜਿਹੜਾ ਜਸਟਿਸ ਹਰਬੰਸ ਸਿੰਘ ਉਹਨਾਂ ਨੇ ਬਣਾਇਆ ਸੀ, ਜਾਂ ਫਿਰ ਇੱਕ ਕਨਫੈਡਰੇਸ਼ਨ ਆਫ ਗੁਰਦੁਆਰਾ ਐਕਟ ਵੀ ਬਣਾਇਆ, ਸੌਰੀ ਡਰਾਫਟ ਬਿੱਲ ਵੀ ਬਣਾਇਆ ਸੀ ਕੇਂਦਰੀ ਸਿੰਘ ਸਭਾ ਵਾਲਿਆਂ ਨੇ, ਜਿਹੜੇ 28 ਸੈਕਟਰ ਚੰਡੀਗੜ੍ਹ ਦੇ ਵਿੱਚ ਹੈਗੇ ਆ, ਉਹਨਾਂ ਨੇ ਵੀ ਇੱਕ ਵਾਰੀ ਬਣਾਇਆ ਸੀ। ਮੈਨੂੰ ਯਾਦ ਹੈ ਮੈਂ ਉਹਨਾਂ ਦੇ ਇੱਕ ਦੋ ਸੈਮੀਨਾਰਸ ਵੀ ਅਟੈਂਡ ਕੀਤੇ ਸੀ, ਤਾਂ ਉਹਨਾਂ ਨੇ ਕਿਹਾ ਸੀ ਵੀ ਜਿੱਥੇ ਜਿਸ ਸਟੇਟ ਦੀ ਵਸੋਂ ਹੈਗੀ ਹੈ ਸਿੱਖ ਸਟੇਟ ਦੀ, ਉਨੀਆਂ ਸੀਟਾਂ ਉਹਨਾਂ ਨੂੰ ਅਲਾਟ ਕੀਤੀਆਂ ਜਾਣ, ਪਰ ਉਹ ਵੀ ਗੱਲ ਅੱਗੇ ਵੱਧ ਨਹੀਂ ਸਕੀ। ਇਸ ਤੇ ਇਹ ਪੋਲੀਟੀਕਲ ਹੈ, ਮਸਲਾ ਤਾਂ ਪੋਲੀਟੀਕਲ ਹੈ, ਔਰ ਇਹਨੂੰ ਕਿਸ ਤਰ੍ਹਾਂ ਅੱਗੇ ਲੈਣਾ ਹੈ ਇਹ ਜਿਹੜੀ ਅਕਾਲੀ ਦਲ ਜਿਹੜੀ ਮੇਨ ਸਿੱਖਾਂ ਦੀ ਨੁਮਾਇੰਦਗੀ ਕਰਦੀ ਹੋਈ ਪਾਰਟੀ ਹੈ, ਉਹਨੂੰ ਟੇਕਅਪ ਕਰਨਾ ਚਾਹੀਦਾ ਕਿ ਉਹ ਕਿਸ ਤਰ੍ਹਾਂ ਸੈਂਟਰ ਨਾਲ ਰਾਬਤਾ ਕਰਕੇ, ਜਾਂ ਤਾਂ ਕੋਈ ਇਸ ਤਰ੍ਹਾਂ ਦਾ ਹੀ ਬਣਾਏ ਜਿਵੇਂ ਤੁਸੀਂ ਕਿਹਾ ਕਿ ਆਲ ਇੰਡੀਆ ਦਾ ਬਣੇ। ਆਲ ਇੰਡੀਆ ਦੇ ਵਿੱਚ ਫਿਰ ਤੁਹਾਨੂੰ ਬਾਹਰਲੇ ਸੂਬਿਆਂ ਦੇ ਵਿੱਚ ਵੀ ਜਿਹੜੇ ਸਿੱਖ ਰਹਿੰਦੇ ਆ ਉਹਨਾਂ ਨੂੰ ਵੀ ਸ਼ਾਮਿਲ ਕਰਨਾ ਪਊਗਾ, ਨੁਮਾਇੰਦਗੀ ਤਾਂ ਦੇਣੀ ਪੈਗੀ ਉਹਨਾਂ ਨੂੰ ਵੀ। ਤੇ ਜਾਂ ਫਿਰ ਜਿਵੇਂ ਤੁਸੀਂ ਕਿਹਾ ਕਿ ਜਾਂ ਫਿਰ ਬਿਲਕੁਲ ਠੀਕ ਹੈ ਲੋਕਲਾਈਜ਼ ਕਰ ਲਓ, ਆਪਣੀ ਆਪਣੀ ਸਟੇਟ ਦਾ ਬਣਾ ਲਓ, ਤੇ ਗੱਲ ਤਾਂ ਸਿਰਫ ਗੁਰਦੁਆਰਿਆਂ ਨੂੰ ਮੈਨੇਜ ਕਰਨ ਦੀ ਹੈ ਨਾ ਜੀ, ਕਿ ਮੇਰੀ ਸਟੇਟ ਦੇ ਵਿੱਚ ਜੋ ਗੁਰਦੁਆਰਾ ਹੈ ਉਹਨੂੰ ਮੈਂ ਮੈਨੇਜ ਕਿਸ ਤਰ੍ਹਾਂ ਕਰਨਾ ਹੈ। ਇਹਦੇ ਲਈ ਕੋਈ ਮਤਲਬ ਕੋਈ ਹੈ ਨਹੀਂ ਹੈ ਕਿ ਤੁਸੀਂ ਕਿਸੇ ਤੋਂ ਪੁੱਛ ਲੈ। ਹੁਣ ਤੇ ਇੰਦਰਪ੍ਰੀਤ ਜੀ ਹਰਿਆਣਾ ਦੀ ਵੱਖਰੀ ਜਿਹੜੀ SGPC ਹੈਗੀ ਹੈ, ਆਪਾਂ ਫਿਰ ਦੁਬਾਰਾ SGPC ਕਹਿ ਰਹੇ ਹਾਂ, ਉਹਦੇ ਉੱਤੇ ਸੁਪਰੀਮ ਕੋਰਟ ਦੀ ਮੋਹਰ ਲੱਗ ਗਈ ਹੈ। ਆਪਸ਼ਨ ਹੀ ਇੱਕ ਬਚੀ ਹੈ ਕਿ ਪੰਜਾਬ ਦੇ ਵਿੱਚ ਹੁਣ ਅਕਾਲੀ ਦਲ ਦੀ ਸਰਕਾਰ ਹੁੰਦੀ ਤੇ ਹੁਣੇ ਤੱਕ ਤੇ ਇਹ ਫੈਸਲਾ ਹੋ ਗਿਆ ਹੁੰਦਾ ਕਿ ਵੀ ਜੀ ਹੁਣ ਆਪਣੀ ਪੰਜਾਬ ਦੀ ਆਪਾਂ ਵੱਖਰੀ ਬਣਾ ਰਹੇ ਹਾਂ। ਹੁਣ ਬਚਿਆ ਕੀ? ਹੁਣ ਅੱਗੇ ਬਿਲਕੁਲ ਚੱਲ ਕੇ ਜਿੱਦਾਂ ਦੂਜੇ ਸੂਬਿਆਂ ਦੇ ਵਿੱਚ ਇੱਕ ਮੈਂਬਰ ਹੈਗਾ, ਜਿੱਦਾਂ ਪਾਉਂਟਾ ਸਾਹਿਬ ਜਾਂ ਹਿਮਾਚਲ ਪ੍ਰਦੇਸ਼ ਦੀ ਗੱਲ ਕਰੀਏ, ਇਹ ਗੱਲ ਤੇ ਹੁਣ ਅੱਗੇ ਤੁਰ ਰਹੀ ਹੈ। ਹੁਣ ਪੰਜਾਬ ਨੂੰ ਕੋਈ ਨਾ ਕੋਈ ਫੈਸਲਾ ਲੈਣਾ ਪਏਗਾ, ਕਿਉਂਕਿ ਪੋਲੀਟੀਕਲ ਪਾਰਟੀ ਦੂਜੀ ਹੈ ਜਿਹਦੀ ਸਰਕਾਰ ਹੈਗੀ ਹੈ। ਇਸ ਟਾਈਮ ਇਹ ਫੈਸਲਾ ਲੈਣਾ ਕਿੰਨਾ ਕੁ ਸਹੀ ਹੈ? ਜਿਹੜੀ ਕੇਂਦਰ ਦੀ ਸਰਕਾਰ ਹੈ ਉਹਦੇ ਨਾਲ ਉਹ ਭਾਈਵਾਲ ਰਹੇ ਨਹੀਂ ਅਕਾਲੀ ਦਲ, ਉੱਥੋਂ ਵੀ ਐਡਵਰਸ ਫੈਸਲੇ ਆਉਣ ਦੀ ਉਮੀਦ ਹੈ। SGPC ਦੇ ਇਲੈਕਸ਼ਨ ਨੂੰ ਕਦੋਂ ਰੋਕਣਾ ਹੈ ਤੇ ਕਦੋਂ ਕਰਾਉਣਾ ਹੈ? ਹਜੇ ਤੱਕ ਮਿਲ ਜੁਲ ਕੇ ਕੰਮ ਚੱਲਦਾ ਰਹਿੰਦਾ ਸੀਗਾ, ਪਰ ਉਹਦੀ ਵੀ ਆਸ ਨਹੀਂ ਹੈਗੀ। ਇਹਦੇ ਵਿੱਚ ਹੁਣ ਸਟੇਟ ਕਿੱਦਾਂ ਦਾ ਰੁਖ ਲੈਂਦੀ ਹੈ ਆਉਣ ਵਾਲੇ ਟਾਈਮ ਜੀ ਪਤਾ ਲੱਗੂ। ਖਬਰਾਂ ਕਾਫੀ ਹੋਰ ਨੇ, ਲੇਕਿਨ ਮੈਨੂੰ ਲੱਗਦਾ ਅਸੀਂ ਸਮੇਂ ਦੀ ਸੀਮਾ ਉਲੰਘ ਆਏ ਹਾਂ, 40 ਮਿੰਟ ਦੇ ਆਸ ਪਾਸ ਪਹੁੰਚਣ ਵਾਲੇ, 35 ਕ੍ਰੋਸ ਕਰ ਗਏ ਹਾਂ, ਕਿਉਂਕਿ ਖਬਰਾਂ ਇਸ ਤਰ੍ਹਾਂ ਦੀਆਂ ਵੀ ਨੇ ਕਿ ਜਿਹਦੇ ਵਿੱਚ ਆਮ ਆਦਮੀ ਕਲੀਨਿਕਾਂ ਦਾ ਰੌਲਾ ਹੈ। ਖਬਰਾਂ ਇਸ ਤਰੀਕੇ ਦੀਆਂ ਵੀ ਨੇ ਕਿ ਪੋਲੀਟੀਕਲੀ ਬੜੀ ਮਾਇਲੇਜ ਲੈਣ ਦੀ ਕੋਸ਼ਿਸ਼ ਹੋ ਰਹੀ ਹੈ, 2-3 ਮਾਮਲਿਆਂ ਤੇ ਨਸ਼ਿਆਂ ਤੋਂ ਲੈ ਕੇ ਬਾਕੀ ਮਾਮਲਿਆਂ ਦੇ ਵਿੱਚ। ਇਹਨਾਂ ਸਾਰੇ ਮਾਮਲਿਆਂ ਨੂੰ ਫਿਰ ਅੱਗੇ ਵਧਾਵਾਂਗੇ। ਜਿਹੜੇ UP ਦੇ ਮੁੱਖ ਮੰਤਰੀ ਯੋਗੀ ਆਦਿੱਤਿਆ ਨਾਥ ਆ, ਉਹ ਇੱਕ ਬੜੀ ਸੋਹਣੀ ਪ੍ਰਪੋਜ਼ਲ ਪੇਸ਼ ਕਰ ਰਹੇ, ਭਾਵੇਂ ਕਿ ਇਸ਼ਤਿਹਾਰਬਾਜ਼ੀ ਦੇ ਰੂਪ 'ਚ ਹੈ, ਖਬਰਾਂ ਬੜੀਆਂ ਇੰਟਰਵਿਊ ਦੇ ਰੂਪ 'ਚ ਲੱਗੀਆਂ ਨੇ, ਪਰ ਇਹ ਵੀ ਗੱਲ ਕਿ ਉਹ ਇਨਵੈਸਟਰਸ ਨੂੰ ਕੀ ਕਹਿ ਰਹੇ। ਇਹੋ ਜਿਹੀ ਸਥਿਤੀ ਉਦੋਂ ਬਣਦੀ ਹੈ ਜਦੋਂ ਤੁਹਾਡੇ ਕੋਲ ਇਨਵੈਸਟਮੈਂਟ ਬਹੁਤ ਜ਼ਿਆਦਾ ਹੋਵੇ, ਤੁਸੀਂ ਸ਼ਰਤਾਂ ਲਾ ਸਕੋ ਕਿ ਇਹ ਨਹੀਂ ਕਿ ਕੋਈ ਲਖਨਊ ਲਈ ਆਵੇ। ਸੋ ਕਿਉਂ ਨਹੀਂ ਕਲਸਟਰ ਬਣਦੇ ਪੰਜਾਬ ਦੇ ਵਿੱਚ? ਇਹ ਵੀ ਸਵਾਲ ਉੱਠ ਰਿਹਾ ਕਿ ਜਿਸ ਖੇਤਰ ਦੇ ਵਿੱਚ ਕੋਈ ਇੰਡਸਟਰੀ ਵਾਇਬਲ ਆ ਉੱਥੇ ਉਹੀ ਲਾਈ ਜਾਵੇ, ਪਰ ਕੋਈ ਆਵੇ ਤਾਂ ਸਹੀ ਲਾਉਣ ਲਈ। ਇਹ ਸਾਰੇ ਸਵਾਲ ਫਿਰ ਐਡਰੈਸ ਕਰਾਂਗੇ। ਬਹੁਤ ਮਿਹਰਬਾਨੀ, ਧੰਨਵਾਦ ਜੀ। ਥੈਂਕ ਯੂ ਜੀ, ਥੈਂਕ ਯੂ, ਥੈਂਕ ਯੂ।